ਚਾਰ ਦਿਨ ਗੁਰਬਾਣੀ ਦੇ ਪ੍ਰਵਾਹ ਇਸ ਅਸਥਾਨ ਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚੌਂਕ ਜੈਤ ਸਿੰਘ ਚੱਲੇ ਗੁਰੂ ਸਾਹਿਬ ਨੇ ਸੇਵਾ ਲਈ। ਚਾਰੇ ਦਿਨ ਹੀ ਸਬਜੈਕਟ ਬਾਣੀ ਤੇ ਰਿਹਾ ਹੈ। 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਅੱਜ ਵੀ ਪਹਿਲਾ ਸ਼ਬਦ ਸਾਰੇ ਕਿਰਪਾ ਕਰਿਓ। ਗਾਵੋ ਸੁਣੋ ਪੜੋ ਨਿਤ ਭਾਈ ਵੱਡੀ ਹੈ ਇੱਕ ਨੌਕਰ ਹੋਵੇ ਮਾਣ ਨਹੀਂ ਦੋ ਹੋਣ ਮਾਣ ਨਹੀਂ ਪੰਜਾਹ ਟੀਚਰਾਂ ਥੱਲੇ ਕੰਮ ਕਰ ਰਹੀ ਹੈ ਮਾਣ ਨਹੀਂ ਇੱਥੇ ਕਹਿੰਦੇ ਬਾਣੀ ਨੂੰ ਗਾ ਪੜ ਸੁਣ ਗੁਰੂ ਤੇਰੀ ਨੌਕਰੀ ਕਰੇਗਾ ਗੁਰੂ ਤੈਨੂੰ ਹਰ ਜਗ੍ਹਾ ਰੱਖੇਗਾ ਆਇਆ ਗਾਵੋ ਸੁਣੋ ਪੜੋ ਕੀ ਮਿਲੇਗਾ ਗੁਰਪੂਰੇ ਤੂੰ ਰੱਖਿਆ 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 ਸ਼ਬਦ ਸੁਵਾਖਿਆ ਪ੍ਰਭ ਬਾਣੀ ਸ਼ਬਦ ਸੁਵਾਖਿਆ ਬਾਣੀ ਸ਼ਬਦ ਸੁਵਾਖਿਆ ਪ੍ਰਭ ਬਾਣੀ ਸ਼ਬਦ ਸੁਵਾਖਿਆ ਗਾਓ ਸੁਣੋ ਪੜੋ ਗੁਰਪੂਰੇ ਤੂੰ ਰੱਖਿਆ ਗੁਰਪੂਰੇ ਤੂੰ ਰੱਖਿਆ ਗੁਰਪੂਰੇ ਤੂੰ ਰੱਖਿਆ ਗੁਰਪੂਰੇ ਤੂੰ ਰੱਖਿਆ
ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਗਾਓ ਸੁਣੋ ਪੜੋ ਨਿੰਦ ਪਾਈ, ਗਾਓ ਕ੍ਰਿਸ਼ਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ, ਕੋਟ ਬਿਗਨ ਲਾਥ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਸੱਚ ਸਹਿਬ ਅੰਮ੍ਰਿਤ ਵਡਾਈ ਭਗਤ ਵਛਲ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਦ ਬਿਰਦ ਪ੍ਰਤਪਾਲਾ। ਅੰਮ੍ਰਿਤ ਨਾਮ ਭੋਜਨ ਨਿਤ ਪੁੰਚਾ, ਸਰਬ ਵੇਲਾ ਮੁਖ ਪਵਾ, ਜਰਾ ਮਰਾ ਤਾਪ ਸਭ ਨਟ, ਗੁਣ ਗੋਬਿੰਦ ਨਿਤ ਗਵ। ਸੁਣੀ ਅਰਦਾਸੂ ਅੰਮੀ ਸਰਬ ਕਲਾ ਬਣ ਪ੍ਰਗਟ ਭਈ ਸਗਲੇ ਯੁਗ ਅੰਦਰ, ਓ ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਗਾਓ ਸੁਣੋ ਪੜੋ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਗਾਓ ਸੁਣੋ ਪੜੋ ਨਿਤ ਪਾਈ, ਗਾਓ ਸੁਣੋ ਪੜੋ ਨਿਤ ਪਾਈ।
ਮੰਗਣੀਆਂ ਭੁੱਲ ਜੇ ਜਿੱਥੇ ਜਗ੍ਹਾ ਮਿਲੀ ਜੁੜ ਜਾਓ ਤੁਹਾਡਾ ਆਪਣਾ ਘਰ ਆਪਣਾ ਨਿਤ ਪਾਈ
गावो सुनो पढ़ो गावो गावो सुनो पढ़ो गावो सुनो पढ़ो नित पाई तुहाडा बच्चा हेमकुंड साहब गया नू नाल है पोतरे नाल ने आम बंदे अंदरों निकल दी है सफर ठीक ठाक हो जे आखो साथ रस्ता इस तरह दा ਉਹ ਜਿਹੜੀ ਅੰਦਰੋਂ ਨਿਕਲਦੀ ਏ ਉਹਨੂੰ ਨਿਕਲੀ ਜਾਈ ਚਿੰਤਾ ਵੀ ਕਹਿੰਦੇ ਕਰ ਹਿੰਮਤ ਹੱਥ ਤੇ ਹੱਥ ਧਰ ਕੇ ਬਹਿਣ ਨਾਲ ਚਿੰਤਾ ਦੂਰ ਨਹੀਂ ਹੋਣੀ ਕਰ ਹਿੰਮਤ ਖੋਲ ਅਲਮਾਰੀ ਘਰ ਦੀ ਕੱਢ ਲੈ ਹੀਰਿਆਂ ਦੀ ਥੈਲੀ ਗੁਟਕਾ ਸਾਹਿਬ ਜਪਜੀ ਸਾਹਿਬ ਦਾ ਕਰਦੇ ਸ਼ੁਰੂ ਇੱਕ ਓਂਕਾਰ ਸਤਨਾਮ ਮਹਾਰਾਜ ਇਹਨਾਂ ਨੂੰ ਸੱਤ ਦਿਨ ਲੱਗਣੇ ਹੇਮਕੁੰਡ ਸਾਹਿਬ ਦੋ ਪਾਠ ਜਪਜੀ ਸਾਹਿਬ ਰੋਜ਼ ਕਰਾਂਗੀ ਗੁਰੂ ਪਰਚਾ ਨਾ ਪਾਵੇ ਤੁਸੀਂ ਇੱਕ ਓਂਕਾਰ ਸ਼ੁਰੂ ਕਰੋਗੇ ਤੁਹਾਡੇ ਬੱਚਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਏਗਾ ਇਹ ਉਹ ਦਾਤ ਹੈ ਗਾਵੋ ਸੁਣੋ ਪੜ੍ਹੋ गावो सुनो पढ़ो की बीतेगा गुरपुरे तू रखिया गुरपुरे तू रखिया गुरपुरे तू रखिया गावो ਸੁਣੋ ਪੜ੍ਹੋ ਗਾਵੋ ਸੁਣੋ ਪੜ੍ਹੋ ਨਿਤ ਪਾਈ ਬੱਚੀ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਵੀਜ਼ਾ ਲੱਗ ਗਿਆ ਲੰਡਨ ਦਾ ਯੂਐਸਏ ਦਾ ਕੈਨੇਡਾ ਦਾ ਆਸਟ੍ਰੇਲੀਆ ਦਾ ਸੌਖਾ ਜਿਹਨੂੰ ਪੇਟ ਚੋਂ ਜਨਮ ਦਿੱਤਾ ਹੋਵੇ ਜਵਾਨ ਧੀ ਨੂੰ ਕੱਲੀ ਭੇਜਣਾ ਬਾਹਰਲੇ ਮੁਲਕ ਚ ਸੌਖਾ ਹਜ਼ਾਰਾਂ ਮੂੰਹ ਖੋਲ ਕੇ ਬੈਠੇ ਆਖੋ ਸਾਧਨਾ ਇਹਦੇ ਤੁਸੀਂ ਸੰਗਤ ਦੇ ਕਿਲੇ ਚ ਆਉਂਦੇ ਹੋ ਤੇ ਉਹਦੀ ਕਿਤੇ ਤਰਸੇ ਬਾਜਾਂ ਲੈਦਾ ਬਚੇ ਹੋ
ਨਹੀਂ ਤੇ ਬਾਹਰ ਦ੍ਰਿਸ਼ਟੀ ਬਹੁਤ ਮੈਲੀ ਹੋਈ ਪਈ, ਬਹੁਤ ਮੈਲੀ ਦ੍ਰਿਸ਼ਟੀ ਹੋਈ। ਪੁੱਛੋ ਹੀ ਕੁਝ ਇਹਨਾਂ ਕਈ ਵੱਡੇ ਵੱਡੇ ਦਫ਼ਤਰਾਂ ਚ ਵੀ ਕਈ ਕੁਝ ਚੱਲ ਰਿਹਾ, ਆਖੋ ਸਾਧਨ ਉਹ ਬਚਾ ਕੇ ਰੱਖੇ। ਡਰ ਹੈ ਜਵਾਨ, ਡਰ ਹੈ ਕੱਲੀ, ਡਰ ਹੈ ਹੋਸਟਲ ਚ ਰਹਿਣਾ, ਉਹਨੇ ਤਰਸ ਕਰਕੇ ਆ ਚਾਰ ਦਿਨ ਜੋ ਚੱਲਿਆ ਜਾਂ ਜਿਹੜੀ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ, ਤੂੰ ਅੰਮ੍ਰਿਤਸਰ ਏ ਤੇਰੀ ਬੱਚੀ ਕਨੇਡਾ ਵੀਜ਼ਾ ਲੱਗ ਗਿਆ ਪੜ੍ਹਾਈ ਲਈ, ਦਿਹਾੜੀ ਚ ਭਾਵੇਂ 4-4 ਘੰਟੇ ਮੱਥੇ ਤੇ ਹੱਥ ਰੱਖ ਕੇ ਸੋਚਦੀ ਰਹਿ, ਕੁਛ ਨਹੀਂ ਵਰਤਣਾ, ਦਿਹਾੜੀ ਚ ਭਾਵੇਂ ਦੋਵਾਂ ਗੋਡਿਆਂ ਚ ਸਿਰ ਦੇ ਕੇ ਕੁਝ ਸੋਚਦੀ ਰਹਿ, ਕੁਛ ਨਹੀਂ ਬਣਨਾ, ਆ ਲੜ ਫੜ ਲੈ, ਆ ਲੜ ਫੜ ਲੈ, ਲੈ ਗੁਟਕਾ ਜਪਜੀ ਸਾਹਿਬ ਜੀ ਦਾ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਪੈਸਾ ਮਾਣ ਨਾ ਆਵੇ, ਧੀ ਬਣ ਕੇ ਗੁਰੂ ਗੋਬਿੰਦ ਸਿੰਘ ਦੀ ਧੀ ਬਣ ਕੇ ਕਰਦੇ ਜਪਜੀ ਸਾਹਿਬ ਸ਼ੁਰੂ, ਉਹਨਾਂ ਦੇ ਚਰਨਾਂ ਨਾਲ ਜੁੜ ਕੇ ਵੀ ਮਹਾਰਾਜ ਸਾਲ ਰਹਿਣਾ ਇਹਨੇ ਬਾਹਰ, 2 ਸਾਲ ਰਹਿਣਾ, ਰੋਜ਼ ਮੇਰੇ ਕੋਲੋਂ 2 ਜਪਜੀ ਸਾਹਿਬ ਦੇ ਪਾਠ ਅੰਮ੍ਰਿਤਸਰ ਬੈਠਿਆਂ ਸੇਵਾ ਲਈ, ਬਾਜਾਂ ਵਾਲਿਆ ਰਖਵਾਲੀ ਕਰੀ, ਮੈਂ ਗਰੰਟੀ ਨਾਲ ਕਹਿੰਦਾ ਤੁਹਾਡੀ ਧੀ ਹੋਸਟਲ 'ਚ ਕਮਰੇ 'ਚ ਇਕੱਲੀ ਨਹੀਂ ਰਹੇਗੀ, ਬਾਜਾਂ ਵਾਲੇ ਦੀਆਂ ਗੁਪਤ ਫੌਜਾਂ ਵੀ ਉਹਦੀ ਰਖਵਾਲੀ ਕਰਨਗੀ, ਇਹ ਉਹ ਦਾਤ ਹੈ। ਇਹਦਾ ਲਾਭ ਲੈ, ਗਾਵੋ ਸੁਣੋ ਪੜੋ, ਗਾਵੋ ਸੁਣੋ ਪੜੋ, ਨਿਤ ਪਾਈ ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਮਹਾਂਪੁਰਸ਼ ਬੜਾ ਸੌਖਾ ਇੰਜ ਵੀ ਪੜਾਉਂਦੇ ਸੀ, ਬਾਣੀ ਪੜਿਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਨੂੰ ਮੰਨਿਆ ਕਰੋ, ਬਾਣੀ ਕਰੋ, ਬਾਣੀ ਕਰੋ, ਬਾਣੀ ਨੂੰ ਮੰਨਿਆ ਕਰੋ, ਸਾਡੇ ਸੱਤ ਗੁਰਾਂ ਦੀ ਰੀਤ ਕਰ ਲਓ ਬਾਣੀ, ਸੌਖਾ ਜਨਮ ਜਾਏ ਬੀਤ ਤੇ ਉਂਝ ਵੀ ਜਾਣਾ, ਚਿੰਤਾ ਨਾ ਵੀ ਬੀਜ ਜਾਣਾ, ਔਖਾ ਵੀ ਬੀਜ ਜਾਣਾ, ਬੀਤਾਂ ਤੇ ਪਿਆ ਹੀ ਹੈ, ਪਰ ਆਨੰਦ ਚ ਬੀਤੇ, ਖੇੜੇ ਚ ਬੀਤੇ, 103 ਬੁਖਾਰ ਵੀ ਹੋਇਆ ਹੋਵੇ ਪਰ ਅੰਦਰ ਖੇੜਾ ਹੋਵੇ, ਅੰਦਰ ਖੇੜਾ, ਬਿਸਤਰਾ ਦੇ ਤਾ ਹੀ ਬੰਦਗੀ ਵਧਾਉਣੀ ਆ, ਗੱਜ ਕੇ ਆਖੋ ਸਾਧਨ ਵਿਚਾਰ, ਇੱਧਰ ਪਲੱਸ ਪੁਆਇੰਟ, ਬਿਸਤਰਾ ਦੇ ਤਾ ਹੀ 4 ਦਿਨ ਲਈ, ਬੰਦਗੀ ਵਧਾਉਣੀ ਆ ਬਈ, ਰੁਝੇਵੇਂ ਕੱਟਣ ਬੰਦਗੀ ਵਧੇ, ਆ ਸੌਖਾ ਆਨੰਦ ਚ ਬੀਤ ਜੇ, ਸਾਡੇ ਸਤਿਗੁਰਾਂ ਦੀ ਸੌਖਾ ਜਨਮ ਬੀਤ, ਬਾਣੀ ਪੜਿਆ ਕਰੋ, ਬਾਣੀ ਪੜਿਆ ਕਰੋ, ਬਾਣੀ ਸੁਣਿਆ ਕਰੋ,
ਸਾਡੇ ਸਤਿਗੁਰ ਦਾ ਉਪਦੇਸ਼, ਉਪਦੇਸ਼ ਸਾਡੇ ਸਤਿਗੁਰ ਦਾ ਉਪਦੇਸ਼, ਹਿਰਦੇ ਨਾਮ ਕਰੋ ਪਰਵੇਸ਼, ਲੈ ਜਾਉ ਨਿਰੰਕਾਰ ਦੇ ਦੇਸ਼, ਬਾਣੀ ਪੜਿਆ ਕਰੋ, ਬਾਣੀ ਪੜੇ ਸਾਡੇ ਸਤਿਗੁਰ ਦਾ ਸਮਝਾਉਣਾ, ਸਮਝਾਉਣਾ ਸਾਡੇ ਸਤਿਗੁਰ ਦਾ ਸਮਝਾਉਣਾ, ਜਿਨੇ ਸੱਚਖੰਡ ਵਿੱਚ ਹੈ ਜਾਣਾ, ਬੇੜਾ ਬਾਣੀ ਨੇ ਬੰਨੇ ਲਾਉਣਾ, ਬਾਣੀ ਪੜਿਆ ਕਰੋ, ਬਾਣੀ ਪੜਿਆ ਪੜਿਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਮੰਨਿਆ ਕਰੋ, ਇਸ ਲਈ ਹਜ਼ਾਰਾਂ ਤੋੜਨ ਵਾਲੇ ਆ ਜਾਣ, ਟੁੱਟ ਨਾ ਜਾਇਓ। ਆ ਦਿੱਲੀ ਜਮਨਾ ਪਾਰ ਮੈਨੂੰ 5-7 ਦਿਨ ਹੋਏ ਫੋਨ ਆਇਆ, ਕਹਿੰਦੇ ਜੀ ਉੱਥੇ ਕੋਈ ਪ੍ਰਚਾਰਕ ਆਇਆ, ਉਹਨੇ ਸਾਰਿਆਂ ਦੀ ਜਪਜੀ ਸਾਹਿਬ ਪੜ੍ਹਨੀ ਬੰਦ ਕਰਾ ਦਿੱਤੀ, ਮਾਲਾ ਛੁਡਾ ਤੀਆਂ, ਕਾਊਂਟਰ ਛੁਡਾ। ਜਿਹਦਾ ਫੋਨ ਆਇਆ ਮੈਂ ਕਿਹਾ ਵੀ, ਕਹਿੰਦੇ ਸਾਡੇ ਨਾਲ ਅਟੈਚ ਨੇ ਭੈਣਾਂ। ਮੈਂ ਕਿਹਾ ਉਹਨਾਂ ਸਾਰੀਆਂ ਭੈਣਾਂ ਨੂੰ ਕਹਿ ਦਿਓ 4 ਦਿਨ ਬਾਅਦ ਅੰਦਰ ਖਾਲੀ ਹੋ ਜਾਊ, ਪਛਤਾਵਾ ਹੋ, ਰੁੱਖਾ ਆਜੂ ਮਨ ਅੰਦਰ ਰੁੱਖਾ। ਕਿਸੇ ਕਾਊਂਟਰ ਨਹੀਂ ਛੱਡਣਾ, ਕਿਸੇ ਮਾਲਾ ਨਹੀਂ ਛੱਡਣੀ, ਕਿਸੇ ਜਪਜੀ ਸਾਹਿਬ ਨਹੀਂ ਛੱਡਣੀ। ਇੱਕ ਵਾਰੀ ਅੰਦਰ ਖਾਲੀ ਹੋ ਗਿਆ, ਪਤਾ ਨਹੀਂ ਕਿਹੜੇ 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 ਸਾਲ, ਕਿਹੜੀ ਉਮਰ ਵਿੱਚ, ਕਿਹੜੇ ਜਨਮ 'ਚ ਰਸ ਮਿਲੇ ਜਾ ਗਏ। ਉਹ ਅਗਲੇ ਦਿਨ ਫੋਨ ਆ ਗਿਆ, ਕਹਿੰਦੇ ਜੀ ਸਾਰਿਆਂ ਹੀ ਮਾਲਾ ਫੜ ਲਈ ਹੈ। ਉਹਦੀ ਗੱਲ 'ਚ ਵੀ ਅਸਰ ਸੀ। ਇਸ ਕਰਕੇ ਡੱਟ ਕੇ ਪਹਿਰਾ ਦੇਣਾ, ਗਾਵੋ ਸੁਣੋ ਪੜੋ ਨਿਤ, ਗਾਵੋ ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ, ਗਾਵੋ ਭਾਈ, ਪੜੋ 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 ਭਾਈ, ਆ ਰਿਹਾ ਜੀ 550 ਸਾਲਾ ਗੁਰੂ ਨਾਨਕ ਸਾਹਿਬ ਦਾ ਆਗਮਨ ਦਿਨ, ਸ਼ਾਇਦ 12 ਨਵੰਬਰ ਹੋਏਗੀ। ਉਹਨੂੰ ਸਮਰਪਿਤ ਇਹ ਸਾਰੀ ਜਿਹੜੀ 7ਵੀਂ ਲਹਿਰ ਆਰੰਭ ਹੋਈ ਹੈ, 550 ਸਾਲ ਗੁਰੂ ਨਾਨਕ ਜੀ ਦੀ, ਇਹਦਾ ਪਹਿਲਾ ਅਰਦਾਸ ਸਮਾਗਮ ਇਹ ਸ਼ਨੀਵਾਰ, ਅਗਲੇ ਸ਼ਨੀਵਾਰ 24 ਤਰੀਕ ਭਲਾਈ ਕੇਂਦਰ, 21-22-23 ਲੜੀਆਂ ਚੱਲਣਗੀਆਂ ਜਿਵੇਂ ਇਸ ਅਸਥਾਨ 'ਤੇ ਚੱਲੀਆਂ। ਬਹੁਤ ਸੰਗਤਾਂ ਨੇ ਲਾਭ ਲਿਆ,
ਜਿਹਦੀ ਹਾਲ 'ਚ ਐਂਟਰੀ ਹੁੰਦੀ ਸੀ ਨਾਲ ਹੀ ਵੀ ਸਿਮਰਨ ਕਿੰਨਾ ਕਰੋਗੇ, ਬਾਣੀ ਨਿਰਾ ਲੰਗਰ ਤੱਕ ਕਿੰਨਾ ਕੰਮ ਰਹਿ ਜੇ। ਇਹ ਸੱਤਵੀਂ ਲਹਿਰ ਵਿੱਚ ਸਾਰੇ ਕਮਰ ਕੱਸੇ ਕਰ ਲਓ ਅਤੇ 24 ਤਰੀਕ ਤੱਕ ਜਿਹਨੂੰ ਜਿਹਨੂੰ ਸਹਿਜ ਪਾਠ ਪ੍ਰੇਰਨਾ ਦਿੱਤੀ ਜਪਜੀ ਸਾਹਿਬ ਗੁਰਮੰਤਰ, ਉਹ 24 ਦਿਨੇ ਫੋਨ ਕਰਕੇ ਸਾਰਾ 24 ਸ਼ਾਮ ਤੱਕ ਆਪ ਜੀ ਨੇ ਸੇਵਾ ਵੀ ਲਿਖਾਉਣੀ ਹੈ। ਅਤੇ ਇਹਦੇ 'ਚ 6-7 ਚੀਜ਼ਾਂ ਨੇ, 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ, ਬਾਣੀ ਪੜ੍ਹਨ ਦੇ ਸੰਬੰਧ ਵਿੱਚ ਵੀ ਉਪਰਾਲੇ ਗੁਰੂ ਲਵੇ, ਸੁਣਨ ਦੇ ਸੰਬੰਧ 'ਚ ਵੀ, ਮੰਨਣ ਦੇ ਸੰਬੰਧ 'ਚ ਵੀ, ਲਿਖਣ ਦੇ ਸੰਬੰਧ ਵਿੱਚ ਵੀ। ਅਤੇ ਇਹ ਹੁਣ ਸ਼ਨੀ ਹੈ ਤਾਂ ਸ਼ਾਹਜਹਾਨਪੁਰ ਜਾਣਾ ਯੂਪੀ, ਉੱਥੇ ਨਾਲ ਲਿਖਣ ਦਾ ਰੱਖਿਆ ਉਹਨਾਂ ਨੇ ਕਿ ਜਿਹੜਾ ਬੱਚਾ 2 ਲੱਖ ਤੋਂ ਵੱਧ ਵਾਹਿਗੁਰੂ ਲਿਖੇਗਾ ਉਹਨੂੰ ਆ ਮਾਣ। ਉਹ ਫਿਰ 700-800 ਬੱਚੇ ਨੇ ਵਾਹਿਗੁਰੂ ਵਾਹਿਗੁਰੂ ਲਿਖਿਆ, ਜਿਹਦਾ 1 ਲੱਖ ਤੋਂ ਉੱਤੇ 2 ਲੱਖ ਤੋਂ ਉੱਤੇ, ਉਹਨਾਂ ਦੇ ਵੀ ਮਾਣ ਸਤਿਕਾਰ। ਅਤੇ ਇਹ ਵੀ ਇਹਦਾ ਹਿੱਸਾ ਲਹਿਰ ਦਾ, ਬਾਣੀ ਪੜ੍ਹਨੀ ਵੀ, ਸੁਣਨੀ ਵੀ, ਲਿਖਣੀ ਵੀ, ਮੰਨਣੀ ਵੀ। ਅਤੇ ਗੁਰਮਤਿ ਲਿਖਤੀ ਪੇਪਰ, ਇਤਿਹਾਸ ਦੇ 3-3 ਆਪਸ਼ਨਾਂ ਦਿੱਤੀਆਂ ਜਾਣਗੀਆਂ, ਉਹਨਾਂ 3 'ਚੋਂ ਬੱਚੇ ਨੇ ਟਿੱਕ ਕਰਨਾ। ਹੁਣ ਜਲੰਧਰ ਉੱਥੇ ਲਿਖਤੀ ਪੇਪਰ ਰੱਖਿਆ ਸੀ ਅਤੇ 550 ਬੱਚਿਆਂ ਤਕਰੀਬਨ ਭਾਗ ਲਿਆ, 130 ਬੱਚੇ ਫਸਟ, ਸੈਕਿੰਡ ਅਤੇ ਥਰਡ ਆਏ, ਨੰਬਰਾਂ ਮੁਤਾਬਕ ਜ਼ਿਆਦਾ ਬਣਦੇ ਸੀ। ਉਹ ਫਿਰ ਕਿਸੇ ਨੂੰ ਟੈਚੀ, ਕਿਸੇ ਨੂੰ ਰੈਬਰ ਕੂਲਰ, ਕਿਸੇ ਨੂੰ ਬੋਤਲ ਠੰਡੇ ਪਾਣੀ ਦੀ, ਜਿਹੜੀ ਸਕੂਲ ਲਿਜਾ ਸਕੇ ਬੱਚਾ। ਇਹ ਸਾਰਾ ਮੈਂ ਤਾਂ ਧਿਆਨ 'ਚੋਂ ਕੱਢਦਾ ਕਿ ਤੁਸੀਂ 5 ਵਾਰੀ ਵਾਹਿਗੁਰੂ ਵੀ ਕਹਿ ਦਿਓਗੇ ਅਤੇ ਇਹ ਵਾਰਡ ਲੱਗੀ ਰਹੇਗੀ, ਅਤੇ ਫਿਰ ਘਰ ਘਰ ਇਹ ਮੈਸੇਜ ਆਪ ਜੀ ਨੇ ਵੀ ਕਮਰ ਕੱਸੇ ਕਰਨੇ ਨੇ। ਗੁਰਮਤਿ ਲਿਖਤੀ ਪੇਪਰ ਵੀ ਇਸੇ ਲਹਿਰ ਦਾ ਹਿੱਸਾ ਹੈ। ਵਾਹਿਗੁਰੂ ਵਾਹਿਗੁਰੂ ਲਿਖਣਾ ਵੀ, ਸੁਣਨਾ ਬਾਣੀ ਨੂੰ, ਪੜ੍ਹਨਾ, ਮੰਨਣਾ, ਬਾਣੀ ਦਾ ਸਤਿਕਾਰ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਵੇਂ ਕਰਨਾ, ਸੁਖਾਸਨ ਕਿਵੇਂ ਕਰਨਾ, ਪਲਕਾਂ ਕਿਵੇਂ ਲਾਉਣੀਆਂ, ਚੌਰ ਸਾਹਿਬ ਕਿਵੇਂ ਕਰਨੀ ਹੈ। ਕਈ ਚਿੱਟੀ ਪਲਕ ਲਾਉਂਦੇ ਹੀ ਨਹੀਂ, ਰੰਗਦਾਰ ਪਲਕ ਦੇ ਥੱਲੇ, ਰੰਗਦਾਰ ਰੁਮਾਲੇ ਦੇ ਥੱਲੇ ਚਿੱਟਾ ਰੁਮਾਲਾ ਲਿਆਉਂਦੇ ਹੀ ਨਹੀਂ। ਜਿਵੇਂ ਅਸੀਂ ਬਨੈਣ ਪਾਉਂਦੇ ਹਾਂ, ਇੱਕ ਭਾਵਨਾ, ਠੰਡਾ ਕੱਪੜਾ ਇੱਕ ਥੱਲੇ ਪਹਿਲੇ ਸਤਿਗੁਰਾਂ 'ਤੇ, ਫਿਰ ਰੁਮਾਲਾ ਆਵੇ ਕਲਡ ਜਿਹੜਾ ਹੈ ਲਿਸ਼ਕਣਾ ਹੈ। ਇਸੇ ਤਰ੍ਹਾਂ ਹੋਰ ਵੀ ਬੜੇ ਸਤਿਕਾਰ ਸਾਡੇ ਜਿਹੜੇ, ਜਿੱਥੋਂ ਅਸੀਂ ਇਹ ਦਾਤਾਂ ਲਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ, ਨਾਨਕ ਸਰ ਉੱਥੇ ਸਹਿਜ ਪਾਠ ਵੀ ਕਰਦੇ ਹੋ, ਉਹ ਅਖੰਡ ਪਾਠ। ਹੁਣ ਅੰਗ ਬਦਲਾਉਣਾ, 2 ਹੱਥਾਂ ਨਾਲ ਅੰਗ ਫੜਨਗੇ, 2 ਹੱਥਾਂ ਨਾਲ ਅੰਗ ਇੰਝ ਹੋਏਗਾ। ਆਮ ਕਈ ਜਗ੍ਹਾ 'ਤੇ ਆਉਂ ਅੰਗ, ਸਿਰਫ ਫਰਕ ਨਿਗਾਹ ਹੀ ਹੈ, ਗੁਰੂ ਸਾਹਿਬ ਦੇ ਕਮਰੇ 'ਚ ਕਿਵੇਂ ਜਾਣਾ। ਇਹ ਸਾਰਾ ਕੁਝ ਇਹ ਲਹਿਰ ਦਾ ਹਿੱਸਾ। ਅਤੇ ਸਾਰੇ ਕਮਰ ਕੱਸੇ ਕਰ ਲਓ, ਬਾਬਾ ਜੀ ਮਿਹਰ ਕਰਨ। ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸੱਤਵੀਂ ਲਹਿਰ ਦੇ ਵਿੱਚ ਕਮੇਟੀ ਦੇ ਸਾਰਿਆਂ ਦੇ ਨਾਂ ਬੋਲਤੇ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ। ਆਨੰਦ ਸਾਹਿਬ ਤੋਂ ਪਹਿਲੇ ਸਾਰੇ ਨੇੜੇ ਰਹਿਣਾ, ਸਾਰਿਆਂ ਦਾ ਸਤਿਕਾਰ ਹੋਣਾ ਜ਼ਰੂਰੀ। ਅਤੇ ਕਿਰਪਾ ਕਰਨੀ, ਇੱਕ ਵਾਰੀ ਗਾ ਕੇ ਬੋਲੋ, ਫਿਰ ਆਪਾਂ ਜਿਹੜਾ ਸਬਜੈਕਟ ਚੱਲ ਰਿਹਾ ਮਾਂ ਦੇ ਫਰਜ਼, ਉਹ ਅੱਜ 11ਵਾਂ ਭਾਗ ਹੈ ਅਤੇ 4th ਫਰਜ਼ ਮਾਂ ਦਾ ਸਾਂਝਾ ਹੋਣਾ। ਬਹੁਤ ਜਲਦੀ ਮੈਂ ਕਰਾਂਗਾ ਕੋਸ਼ਿਸ਼, ਕਿਉਂਕਿ ਪਹਿਲੇ ਸ਼ਬਦ 'ਤੇ ਟਾਈਮ ਲੱਗ ਜਾਂਦਾ ਬਦੋ ਬਦੀ। ਇੱਕ ਵਾਰੀ ਮੇਰਾ ਦਿਲ ਕਰਦਾ, ਇਹ ਜਿਹੜੀ ਸੱਤਵੀਂ ਲਹਿਰ ਸ਼ੁਰੂ ਹੋਈ ਹੈ, 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ, 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ, 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ। ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਭਾਈ ਬੋਲੋ, ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਪੰਜ ਸੌ ਪੰਜਾਸਾ ਗੁਰੂ ਨਾਨਕ ਜੀ ਦੀ ਬਾਣੀ ਪੰਜ ਸੌ ਗੁਰੂ ਨਾਨਕ ਜੀ ਦੀ ਬਾਣੀ ਵਾਹਿਗੁਰੂ 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 ਧੰਨ ਗੁਰੂ ਨਾਨਕ ਵਾਹਿਗੁਰੂ 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 ਪੰਜ ਸੌ ਪੰਜਾ ਗੁਰੂ ਨਾਨਕ ਜੀ ਦੀ ਬਾਣੀ ਪਾਣੀ ਨਾ ਇਹਨੂੰ ਮੋਬਾਈਲਾਂ ਦੀ ਟਿਊਨ ਬਣਾ ਲੈਂਦੇ ਆ ਆਖੋ ਸਾਧਨਾ ਤੇ ਇਹ ਆਪੇ ਦਸਮੇਸ਼ ਵੀਡੀਓ ਵਾਲਾ ਦੋਵਾਂ ਚਾਰਾਂ ਨੂੰ ਭੇਜ ਦੇਗਾ ਕੱਟ ਕੇ ਤੇ ਉਹਦੇ ਬਾਅਦੋਂ ਫਿਰ ਟਿਊਨਾਂ 'ਚ ਵੀ ਉਹ ਹੀ ਵੱਜੇ ਵਾਹਿਗੁਰੂ 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 ਧੰਨ ਗੁਰੂ ਨਾਨਕ ਪੰਜ ਸੌ ਪੰਜਾਹ ਸਾਲ ਗੁਰੂ ਨਾਨਕ ਜੀ ਦੀ ਥੋੜ੍ਹਾ ਥੋੜ੍ਹਾ ਫਿਰ ਕੰਨਾਂ 'ਚ ਮੈਸੇਜ ਸ਼ੁਰੂ ਹੋ ਜਾਂਦਾ ਪੈਣਾ ਆਓ ਜੀ ਯਾਰਵਾਂ ਭਾਗ ਤੇ ਮਾਂ ਦਾ ਚੌਥਾ ਫਰਜ਼ ਪੂਰਾ ਯਤਨ ਸਮੇਂ ਸਿਰ ਆਪਾਂ ਸਾਰੇ ਕਿਰਪਾ ਕਰਿਓ ਜਿਹੜੇ ਸ਼ਬਦ ਨੂੰ ਉਧਾਰ ਬਣਾਇਆ ਪਹਿਲੇ ਉਹਦੀ ਹਾਜ਼ਰੀ ਸਾਰੇ ਕਿਰਪਾ ਕਰਿਓ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਤਿੰਨ ਧੰਨ ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਤਿੰਨ ਧੰਨ ਆਪ ਲੀਏ ਲੜ ਲਾਏ ਲੜ ਲਾਏ ਲੜ ਲਾਏ ਦਰ ਦਰ ਵੇ ਆਪ ਲੀਏ ਲੜ ਲਾਏ ਆਪ ਲੀਏ ਲੜ ਲਾਏ ਆਪ ਲੀਏ ਤਿੰਨ ਧੰਨ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਕਾਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀ ਦਾਗੇ ਵਿਸਰਿਆ ਜਿਨ ਨਾਮ ਤੇ ਪੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰ ਵੇ ਧੰਨ ਜਣੇ ਦੀ ਮਾਓ ਆਏ ਸਫਲ ਸੇ
ਪਰਵਤ ਗਾਰਿਆ ਪਾਰਿਆ ਗਮ ਬੇਅੰਤ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰੋਂ ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸੇਖ ਪਰੀ ਦੇ ਖੈਰ ਦੀਜੇ ਸੇਖ ਪਰੀ ਦੇ ਖੈਰ ਦੀਜੇ ਤਿੰਨ ਧਨ ਜਣੇ ਦੀ ਮਾਓ ਆਏ ਤਿੰਨ ਧਨ ਆਏ ਸਫਲ ਆਏ ਸਫਲ ਸਾਰੀ ਸੰਗਤ ਤੁਹਾਡੀ ਸੁਰਤੀ ਚ ਹਿਰਦੇ ਚ ਸਭ ਤੋਂ ਉੱਚੀ ਜਗ੍ਹਾ ਕਿਹੜੀ ਆਪਣੀ ਸੁਰਤੀ ਚ ਹਿਰਦੇ ਚ ਖਿਆਲਾਂ ਚ ਸਭ ਤੋਂ ਉੱਚੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਨੂੰ ਬਿਠਾ ਕੇ ਤੇ ਗੱਜ ਕੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਨੂੰ ਬਿਠਾ ਕੇ ਆਖੋ ਸਤਨਾਮ ਯਾਰਵਾਂ ਭਾਗ ਚੌਥਾ ਫਰਜ ਮਾਂ ਦਾ ਪਹਿਲੇ ਇਹ ਪੰਕਤੀ ਤੇ ਮੇਰੀ ਬ੍ਰੇਕ ਲੱਗ ਚਲੀ ਸੀ ਆਪ ਲਈਏ ਲੜ ਲਾਏ ਦਰ ਦਰਵੇਸ਼ ਸੰਗਤ ਵੰਡ ਕੇ ਬੈਠੀ ਅੱਜ ਥੱਲੇ ਵੀ ਸਾਰੀਆਂ LED ਲੱਗੀਆਂ ਨੇ ਯਤਨ ਨੇ ਮੈਂ ਨੇੜੇ ਨਾ ਆਣ ਦਿਓ ਹੱਥ ਜੋੜ ਜੋੜ ਬੇਨਤੀ ਜੇ ਨਿਤਨੇਮ ਕਰਕੇ ਸਿਮਰਨ ਕਰਕੇ ਤੇ ਨਿਮਾਣੇ ਹੋ ਕੇ ਕਹਿ ਦਿਆ ਕਰੋ ਉਹ ਕਲਗੀ ਵਾਲਿਆ ਜਿਹਨੂੰ ਚਾਹਵੇਂ ਲੜ ਲਾ ਲਵੇ ਤੇ ਜਿਹਨੂੰ ਚਾਹਵੇਂ ਦੂਰ ਕਰ ਦੇਵੇ ਬਹੁਤ ਧਿਆਨ ਉਹ ਬਾਜਾਂ ਵਾਲਿਆ ਜਿਹਨੂੰ ਚਾਹਵੇ ਉਹਦਾ ਅੰਮ੍ਰਿਤ ਵੇਲਾ ਬਣਾ ਦੇਵੇ ਜਿਹਨੂੰ ਚਾਹਵੇ ਉਹਦਾ ਬਣਿਆ ਬਣਾਇਆ ਵੀ ਖਤਮ ਕਰ ਦੇਵੇ ਜਿਹਨੂੰ ਚਾਹਵੇ ਰਸ ਦੇ ਦੇਵੇ ਜਿਹਨੂੰ ਚਾਹਵੇ ਰਸ ਲੈ ਕੇ ਫਿਰ ਰੁੱਖਾ ਪਨ ਆਏ ਆਪ ਲੀਏ ਤੂੰ ਆਪ ਹੀ ਲੜ ਲੈਣਾ ਕਿਹਦੀ ਸੁਣੇਗਾ ਜਿਨ੍ਹਾਂ ਦੇ ਨਿਤਨੇਮ ਚ ਹੋਮੇ ਨਹੀਂ ਹੋਏਗੀ ਜਿਨ੍ਹਾਂ ਦੀ ਬੰਦਗੀ ਚ ਨਿਮਾਣਾਪਨ ਹੋਏਗਾ ਡੋਰੀ ਤੇਰੇ ਹੱਥ ਹੈ ਆ ਤਿੰਨ ਬੱਚੇ ਨੇ ਲੜ ਲਾ ਲੈ ਆਖੋ ਸਾਹਿਬ ਡੋਰੀ ਤੇਰੇ ਹੱਥ ਹੈ ਪੰਜ ਮੈਂਬਰ ਆ ਬੁੱਧੀ ਸਹੀ ਰੱਖੀ ਇਹ ਪੜ੍ਹਾਈ ਕਰਿਓ ਜੇ ਵੀਰਵਾਰ ਆਉਂਦੇ ਹੋ ਆਪ ਲਈਏ ਲੜ ਲਾਏ ਉਹ ਹੈ ਵੀ ਸੱਚਾਈ ਹੈ ਉਹ ਗਨਕਾਂ ਨੂੰ ਪਤਾ ਸੀ ਗਨਕਾਂ ਨੂੰ ਪਤਾ ਸੀ ਕਿ ਅੱਜ ਮੀਂਹ ਪੈਣਾ ਦੱਸੋ ਉਹ ਗਨਕਾਂ ਨੂੰ ਪਤਾ ਸੀ ਮੀਂਹ ਤੇਜ਼ ਹੋਣਾ ਉਹ ਗਨਕਾਂ ਨੂੰ ਪਤਾ ਸੀ ਕਿ ਤੇਜ ਮੀਂਹ ਤੋਂ ਬਚਣ ਲਈ ਇੱਕ ਬੰਦਗੀ ਵਾਲੇ ਸਾਧੂ ਨੇ ਮੇਰੇ ਘਰ ਦੇ ਜਿਹੜਾ ਬਨੇਰਾ ਨਾ ਉਹਦੇ ਥੱਲੇ ਸਹਾਰਾ ਲੈਣਾ ਉਹਨੂੰ ਪਤਾ ਸੀ ਉਹੀ ਨਾ ਲੜ ਲੈਣ ਵਾਲਾ
ਉਹਨੇ ਮੀਂਹ ਵਸਾਇਆ, ਉਹਨੇ ਮੀਂਹ ਤੇਜ ਕੀਤਾ, ਉਹਨੇ ਉਸ ਸਾਧੂ ਕੋਲ ਬੰਦਗੀ ਵਾਲੇ ਕੋਲ ਛਤਰੀ ਵੀ ਨਹੀਂ। ਬੰਦਾ ਫਿਰ ਕਿਸੇ ਦੇ ਘਰ ਦੇ ਥੋੜੇ ਸ਼ੈੱਡ ਦਾ ਸਹਾਰਾ ਲੈਂਦਾ ਨਾ ਕਈ ਵਾਰੀ ਮੀਂਹ ਤੇਜ ਹੋ ਜੇ ਰਾਹ ਜੀ। ਉਹ ਜਦੋਂ ਸਹਾਰਾ ਲਿਆ ਮਹਾਂਪੁਰਸ਼ ਬੰਦਗੀ ਵਾਲੇ ਨੇ ਵੀ ਮੀਂਹ ਰੁਕ ਜੇ ਮੈਂ ਜਾਣਾ। ਆ ਸਭ ਕੁਝ ਪਤਾ ਸੀ ਕਣਕਾਂ ਨੂੰ ਕਿ ਮੈਂ ਬੂਹਾ ਖੋਲ ਕੇ ਵੇਖਣ ਆਉਣਾ ਵੀ ਮੀਂਹ ਦਾ ਨਜ਼ਾਰਾ ਕਿਹੋ ਜਿਹਾ। ਮੇਰੇ ਬੂਹੇ ਦੇ ਬਾਹਰ ਉਹ ਸ਼ੈੱਡ ਦਾ ਇੱਕ ਬੰਦਗੀ ਵਾਲੇ ਨੇ ਸਹਾਰਾ ਲਿਆ ਹੋਣਾ ਤੇ ਫਿਰ ਉਹਦੇ ਮੂੰਹ ਨਿਕਲਦਾ ਮਹਾਂਪੁਰਸ਼ੋ ਜਿੰਨਾ ਚਿਰ ਮੀਂਹ ਵਸਦਾ ਅੰਦਰ ਆਰਾਮ ਨਾਲ ਬਹਿ ਜਾਓ। ਉਹਨੂੰ ਪਤਾ ਸੀ ਫਿਰ ਅਗਲੀ ਵਿਦ ਬਣਨੀ ਹੈ, ਨਹੀਂ ਧੀਏ ਮੈਂ ਇੱਥੇ ਹੀ ਠੀਕ ਹਾਂ। ਉਹ ਧੀ ਲਫ਼ਜ਼ 15-20 ਸਾਲ ਤੋਂ ਉਹਦੇ ਕੰਨ ਤਰਸਦੇ ਸੀ, ਕੰਨ ਮੈਨੂੰ ਕੋਈ ਧੀ ਕਵੇ, ਨਹੀਂ ਸੀ ਕੋਈ ਕਹਿੰਦਾ। ਜਿਹੜਾ ਆਉਂਦਾ ਸੀ ਦੂਜੀ ਦ੍ਰਿਸ਼ਟੀ ਨਾਲ, ਜਦੋਂ ਅੰਦਰ ਆ ਕੇ ਆਪਣਾ ਉਗਣ ਨੰਗਾ ਕਰਤਾ, ਪਹਿਲੇ ਉਹ ਤੁਸੀਂ ਜਿਹਨੇ ਮੈਨੂੰ ਧੀ ਕੇ, ਮੇਰੇ ਤੇ ਕੰਨ ਤਰਸਦੇ, ਮੈਂ ਗਨਕਾ ਵਾਂ ਬੇਸੁਰਾ। ਫਿਰ ਉਹਨੂੰ ਪਤਾ ਸੀ ਆਹ ਬਿੱਧ ਬਣਨੀ ਏ, ਉਹਨਾਂ ਤੋਤਾ ਦੇ ਜਾਣਾ, ਐਲਾ ਇਹਨੂੰ ਰਾਮ ਰਾਮ ਜਪਾਇਆ ਕਰ, ਆਖੋ ਸਤਨਾਮ। ਉਹ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਜਿੱਥੇ ਸੱਚਖੰਡ ਗਈ, ਜਿੱਥੇ ਭਾਵ ਸਾਗਰ ਪਾਰ ਕਰ ਗਈ, ਉੱਥੇ ਉਸ ਗਨਕਾ ਦਾ ਨਾਮ ਭਾਈ ਗੁਰਦਾਸ ਜੀ ਦੀ ਬਾਣੀ 'ਚ ਵੀ ਆ ਗਿਆ। ਉੱਥੇ ਉਹ ਗਨਕਾ ਦਾ ਨਾਮ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਵਿੱਚ ਗੱਜ ਕੇ ਆਖੋ ਸਤ। ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਬਦ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ। ਗਨਕਾ ਪਾਪਣ ਹੋਏ ਗਈ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਚਾਣ ਚੱਕ, ਆ ਚਾਣ ਚੱਕ ਕੀ ਹੈ, ਆਪ ਲਈਏ ਲੜ ਲਾਏ, ਗਨਕਾ ਵਾੜੇ ਆਏ ਖਲੋਤਾ। ਇਹ ਸਾਰੀ ਸੰਗਤ ਜ਼ਰੂਰ ਇਹਨੂੰ ਵਿਚਾਰਿਆ ਕਰੋ, ਮੈਂ ਨਾ ਨੇੜੇ ਆਣ ਦਿਓ, ਡੱਟ ਡੱਟ ਕੇ ਨੇਮ ਕਰਕੇ ਫਿਰ ਆਖਿਆ ਕਰੋ, ਤੋੜਨ ਨਾ ਲਵੀ ਤੂੰ ਏ, ਜੋੜਨ ਨਾ ਲਵੀ, ਅੰਮ੍ਰਿਤ ਵੇਲੇ ਠਾਣ ਲਾ ਵੀ ਤੂੰ ਏ, ਤੇ ਉੱਠਿਆਂ ਨੂੰ ਰੋਕਣ ਲਾ ਵੀ ਤੂੰ ਏ, ਆਪ ਲਈਏ ਲੜ ਲਾਏ। ਆ ਇੱਕ ਮਾਤਾ ਆਉਂਦੀ ਸੀ ਵੀਰਵਾਰ, ਹੁਣ ਡੈਥ ਹੋ ਗਈ ਹੋਈ, ਉਹਦਾ ਜਿਹੜਾ ਪੁੱਤਰ ਨਾ ਡਾਕਟਰ ਸੀ, ਉਹਨਾਂ ਮਾਤਾ ਨੂੰ 5:15 ਛੱਡ ਜਾਂਦਾ ਸੀ ਤੇ 7 ਵਜੇ ਲੈ ਜਾਂਦਾ ਸੀ ਹਰ ਵੀਰਵਾਰ। ਉਹ ਮੈਨੂੰ ਡਾਕਟਰ ਨੇ ਆਪ ਸੁਣਾਇਆ, ਕਹਿੰਦੇ ਮੇਰੀ ਮਾਂ ਨੇ ਕਹਿਣਾ ਪੁੱਤਰ ਤੂੰ ਵੀ ਸੰਗਤ ਕਰ ਲੈ, ਤੂੰ ਵੀ ਥੋੜ੍ਹਾ ਘੰਟਾ ਡੇਢ ਕੀਰਤਨ ਸੁਣ ਲੈ। ਕਹਿੰਦੇ ਮੈਂ ਆਖਣਾ ਇਹ ਵੇਲਿਆਂ ਦਾ ਕੰਮ ਹੈ, ਇਹ ਤੁਹਾਡੇ ਰਿਟਾਇਰਾਂ ਦਾ ਕੰਮ ਹੈ, ਬਜ਼ੁਰਗਾਂ ਦਾ, ਮੈਂ ਡਾਕਟਰਾਂ ਪੜ੍ਹਿਆ ਲਿਖਿਆ, ਮੈਨੂੰ ਨਹੀਂ ਲੋੜ, ਆਖੋ ਸਾਧਨਾ, ਮੈਨੂੰ ਸਾਰੀਆਂ ਸਮਝਾਂ ਨੇ। ਪਿਓ ਦੀ ਝੂਰੀ ਕਹਿ ਰਿਹਾ ਇਹ ਗੱਲ ਸਾਰੀ, ਵਾਕੇ ਆਪ ਲਈਏ ਲੜ ਲਾਏ। ਉਹ ਮੈਨੂੰ ਡਾਕਟਰ ਨੇ ਖੁਦ ਮੇਰੇ ਕੋਲ ਡਰੈਸ ਲੈ ਸਕਦੇ ਉੱਠ ਕੇ ਵਚਨ ਸੁਣਾਇਆ ਵੀ, ਕਹਿੰਦਾ ਇੱਕ ਦਿਨ ਮੈਂ ਮਾਂ ਨੂੰ 6:45 ਲਿਆਇਆ, ਭੋਗ ਤੋਂ ਵੀ 15 ਮਿੰਟ ਪਹਿਲੇ ਖੜਨਾ ਸੀ, ਕਿਤੇ ਜਾਣਾ ਸੀ। ਕਹਿੰਦੇ ਮੈਂ ਆਖਿਆ ਵੀ 50-55 ਮਿੰਟ ਬਾਅਦ ਫਿਰ ਆਵਾਂਗਾ, ਫਿਰ ਆਵਾਂਗਾ। ਤੇ ਚਲੋ ਮਾਤਾ ਨੂੰ ਭੇਜਤਾ ਅੰਦਰ ਸੰਗਤ, ਕਹਿੰਦਾ ਮੈਂ ਸੋਚਿਆ ਵੀ ਬਾਹਰ ਸਕੂਟਰ ਸਟੈਂਡ ਤੇ ਲਾ ਕੇ ਨਾ ਉਹਦੀ ਮਗਰਲੀ ਸੀਟ ਤੇ ਬਹਿ ਕੇ ਨਾ ਸਕੂਟਰ ਦੀ ਆ 55 ਮਿੰਟ ਪਾਸ ਕਰ ਲੈਣਾ, ਆਖੋ ਸਾਧਨਾ। ਸਕੂਟਰ ਦੀ ਮਗਰਲੀ ਸੀਟ ਤੇ ਬਹਿ ਗਈ, ਬਾਹਰ ਅੰਦਰ ਨਹੀਂ ਆਉਣਾ, ਇਹ ਵੇਲਿਆਂ ਦਾ ਕੰਮ ਹੈ। ਇਹ ਮੈਨੂੰ ਡਾਕਟਰ ਨੇ ਖੁਦ ਬਚਨ ਸੁਣਾਇਆ,
ਕਹਿੰਦੇ ਉਹ 55 ਮਿੰਟ ਪਤਾ ਨੀ ਕਿਹੜੀ ਕਥਾ ਸੀ, ਕਿਹੜਾ ਕੀਰਤਨ ਸੀ, ਕਿਹੜੀ ਵਿਚਾਰ ਹੋਈ, ਉਹ 55 ਮਿੰਟ ਕੀਰਤਨ ਸੁਣਨ ਤੋਂ ਬਾਅਦ ਉਹ ਡਾਕਟਰ ਕਹਿੰਦਾ ਅਗਲੇ ਦਿਨ ਮੇਰਾ 5 ਪਾੜ ਸੁਖਮਨੀ ਸਾਹਿਬ ਰੋਜ਼ ਦਾ ਨਿਤਨੇਮ ਬਣ ਗਿਆ। ਮੇਰੇ ਕੋਲ ਡਰੈਸ ਲੈ ਸਕਦੇ ਬੇਟਾ। ਇਹਨੂੰ ਕੀ ਕਹੋਗੇ, ਇਹਨੂੰ ਕੀ ਕਹੋਗੇ? ਉਹਨੇ ਜੋੜਨਾ ਤੇ ਕੋਈ ਅੰਦਰ ਨਹੀਂ ਵੀ ਵੜਿਆ ਤੇ ਸਕੂਟਰ ਦੀ ਸੀਟ ਤੇ ਹੀ ਬੈਠਾ, ਬਾਜਾਂ ਲਿਆ, ਤੂੰ ਜੇ ਜੋੜਨਾ ਉਹਨੂੰ ਉੱਥੇ ਵੀ ਜੋੜ ਦੇਣਾ। ਮੇਰਾ ਦਿਲ ਕਰਦਾ ਪੰਗਤੀ ਪੜਿਓ ਜੀ ਜਰਾ। ਤੇ ਟਾਈਮ ਮੈਂ ਤੁਹਾਨੂੰ ਦੱਸ ਦਿੰਦਾ, 7:03 ਹੋਏ ਆ, 7:15 ਲਾਗੇ ਭੋਗ ਆਪਾਂ ਪਾ ਦਾਂਗੇ, ਤੇ ਤਾਂ ਟਾਈਮ ਮੈਂ ਬੋਲਦਾ ਵੀ ਇਹ ਸਮੇਂ ਭਾਗਾਂ ਨਾਲ ਬਣਦੇ ਹੈ ਤੇ ਟਿਕਾਓ ਬਣਾਈ ਰੱਖਿਓ। ਥੋੜ੍ਹਾ ਜਿਹਾ ਆਪਾਂ ਮਾਂ ਦਾ ਚੌਥਾ ਫਰਜ਼ ਜਿੰਨਾ ਕੁ ਥੋੜ੍ਹਾ ਜਿਹਾ ਲੈ ਲਾਂਗੇ, ਪਰ ਇੱਕ ਵਾਰੀ ਕਹਿ ਦਿਓ ਮੈਂ ਨਾ ਨੇੜੇ ਲਿਆਇਓ। ਡੱਟ ਡੱਟ ਕੇ ਨਿਤਨੇਮ ਸਿਮਰਨ ਕਰਿਓ ਤੇ ਨਿਮਰਤਾ ਚ ਕਹਿਓ ਬਾਜਾਂ ਲਿਆ ਇੰਨੇ ਬੱਚੇ ਨੇ ਸਾਰਿਆਂ ਨੂੰ ਜੋੜ ਦੇ, ਲੜ ਲਾਣ ਲਾ ਤੂੰ ਹੀ ਹੈ, ਤੂੰ ਹੀ ਹੈ। ਕਿਸ ਨੂੰ ਕਹੀਏ ਨਾਨਕ ਸਭ ਕਿਛ ਆਪੇ, ਕਿਸਨੂੰ ਕਹੀਏ ਨਾਨਕ ਸਭ ਕਿਛ ਆਪਿਆ। ਸਾਰੀਆਂ ਭੈਣਾਂ ਕਿਸਨੂੰ ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ, ਆਪ ਲੀਏ ਲੜ ਲਾਏ। ਪ੍ਰਭ ਡੋਰੀ ਗਾ ਤੁਮਾਰੇ, ਡੋਰੀ ਹਾ ਤੁਮਾਰੇ, ਲਾ ਦਿਓ ਪੈਰਾ। ਵਾਹਿਗੁਰੂ ਆਪੇ ਹੀ ਰਵੇ, ਆਪੇ
ਸਾਰੀਆਂ ਭੈਣਾਂ ਇਹ ਪੜ੍ਹਾਈਆਂ ਰੱਜ ਰੱਜ ਕੇ ਕਰਨੀਆਂ ਇਹ ਜਿੰਨੀ ਗੱਲ ਸੁਣ ਲਿਆ ਨਾ ਇਹ ਸਾਰੀ ਕਲਾ ਉੱਥੇ ਵਰਤੇਗੀ ਜਿੱਥੇ ਨਿਮਰਤਾ ਹੋਏਗੀ ਜਰਾ ਜੀ ਮੈਂ ਹੋਏਗੀ ਉੱਥੇ ਨੀ ਇਹ ਕਲਾ ਵਰਤੇਗੀ ਆਪ ਲਈਏ ਲੜ ਲਾਏ ਮੈਂ ਇੱਥੋਂ ਤੱਕ ਬੇਨਤੀ ਕਰਦਾ ਨਿਰੰਕਾਰ ਦੀ ਦੁਨੀਆਂ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ ਬਹੁਤ ਧਿਆਨ ਦੇਣਾ ਗੁਰੂ ਨਾਨਕ ਦੇ ਘਰ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਜੇ ਦੂਜਾ ਨਹੀਂ ਚੱਲਦਾ ਗੱਜ ਕੇ ਆਖੋ ਮੈਂ ਆਪਣੀ ਗੱਲ ਕਰਦਾ ਕਈ ਵਾਰੀ ਰੁਝੇਵਾਂ ਹੋਵੇ ਨਾ ਮੇਰਾ ਆਪਣਾ ਨੇਮ ਘੱਟ ਹੋਵੇ ਫਿਰ ਜਦੋਂ ਡਿੱਗ ਪਓ ਨਾ ਨਿਮਰਤਾ ਡਿੱਗ ਪਓ ਸਤਿਗੁਰੂ ਅੱਜ ਨਹੀਂ ਹੋਇਆ ਸਤਿਗੁਰੂ ਪ੍ਰਚਾਰ ਨਾ ਪਵੇ ਸਤਿਗੁਰੂ ਵਾੜ ਲਾਈ ਰੱਖੀ ਸਤਿਗੁਰੂ ਪੜਦੇ ਕਜੀ ਮੈਂ ਯਕੀਨ ਜਾਣਿਓ ਉਸ ਵੇਲੇ ਘੱਟ ਹੋਏ ਤੇ ਵੀ ਖੁਸ਼ੀਆਂ ਦੀ ਮੋਹਰ ਲੱਗ ਜਾਂਦੀ ਜੇ ਸਿੱਕਾ ਨਿਮਰਤਾ ਤਾਂ ਅੰਦਰੋਂ ਹੋਵੇ ਅੰਦਰੋਂ ਹੋਵੇ ਇਹ ਉੱਥੇ ਕਲਾ ਵਾਪਰਦੀ ਜਿੰਨੇ ਮਾਈ ਭਾਈ ਬੈਠੇ ਹੋ ਪਤਾ ਨੀ ਕਿਹੜਾ ਜਗਿਆਸੂ ਬੈਠਾ ਹੁੰਦਾ ਕਿਹੜੀ ਜਗ ਗੱਲ ਤਾਂ ਛਿੜ ਪੈਂਦੀ ਰੱਜ ਰੱਜ ਕੇ ਚੌਂਕੜੇ ਮਾਰਿਓ ਰੱਜ ਰੱਜ ਕੇ ਸੇਵਾ ਕਰਿਓ ਰੱਜ ਰੱਜ ਕੇ ਟੁੱਟਿਆਂ ਨੂੰ ਜੋੜਿਓ ਪਰ ਸਭ ਕੁਝ ਕਰਨ ਤੋਂ ਬਾਅਦ ਨਿਮਰਤਾ ਦਾ ਸਿੱਕਾ ਰੱਖਿਓ ਕਿ ਜਿੰਨਿਆਂ ਨੂੰ ਤੂੰ ਜਪਜੀ ਸਾਹਿਬ ਪੜ੍ਹਾਈ ਹੈ ਲੜ ਤੂੰ ਲਾਇਆ ਕਿਰਪਾ ਤੇਰੀ ਹੋਈ ਆਖੋ ਸਤਿਗੁਰ ਆਪ ਲਈਏ ਲੜ ਲਾਏ ਦਰ ਦਰਵੇਸ਼ ਨਹੀਂ ਤੇ ਕਈ ਚੰਗੇ ਭਲੇ ਸੰਗਤ ਕਰ ਰਹੇ ਹੁੰਦੇ ਆ ਸਾਡੀ ਜੀ ਮਾਸੀ ਘਰ ਤਰੀਕ ਦਿਓ ਹੁਣ ਡੈਰੀ ਚ ਨਹੀਂ ਤਰੀਕ ਉਹ ਤਰੀਕ ਮਾਸੀ ਨੂੰ ਨਹੀਂ ਮਿਲੀ ਅਸੀਂ ਵੀਰਵਾਰ ਆਉਣਾ ਹੀ ਨਹੀਂ ਆਖੋ ਸਾਧਨ ਫਿਰ ਮੈਂ ਕਹਿੰਦਾ ਮੈਂ ਕਿਹਾ ਗੱਲ ਮਾਸੀ ਦੀ ਨਹੀਂ ਗੱਲ ਤਰੀਕ ਦੀ ਨਹੀਂ ਤੇਰੇ ਅੰਦਰ ਵੀਰਵਾਰ ਆਉਣ ਦੀ ਹੋਮੇ ਆ ਗਈ ਹੈ ਤੇ ਬਾਬੇ ਨੇ ਸਰਕਲ ਬਣਾਤਾ ਲੈ ਜੋੜ ਵੀ ਸਕਦਾ ਤੇ ਤੋੜ ਵੀ ਸਕਦਾ ਗੱਲ ਇਹ ਘੁੰਡੀ ਸਮਝ ਜਦੋਂ ਨਿਮਾਣੇ ਹੋ ਕੇ ਉਹ ਪੜਦੇ ਵੀ ਗੱਜਦਾ ਜੀ ਸਭ ਕੁਝ ਕਿਰਪਾ ਕਰਦਾ ਸਭ ਮੇਰਾ ਕਰਦਾ ਤੋ ਅੱਜ ਗਿਆਰਵਾਂ ਭਾਗ ਏ ਤੇ ਮਾਂ ਦਾ ਚੌਥਾ ਫਰਜ਼ ਏ ਕਈ ਨਵੇਂ ਆਏ ਹੁੰਦੇ ਆ ਮਾਂ ਦਾ ਪਹਿਲਾ ਫਰਜ਼ ਬੱਚੇ ਦਾ ਫੁਰਨਾ ਬਣਿਆ ਕੀ ਕਰੇ ਪਹਿਲੇ ਹੀ ਗਰਾਊਂਡ ਕੀ ਜਿਨ੍ਹਾਂ ਦੇ ਸਮੇਂ ਲੰਘ ਗਏ ਨੇ ਨੂੰਹਾਂ ਲਈ ਧੀਆਂ ਲਈ ਇਹ ਫਿਰ ਸਬਜੈਕਟ ਟੀਵੀ 'ਤੇ ਆਉਣੇ ਨੇ ਲਿਖਣਾ ਡੈਰੀਆਂ 'ਤੇ ਮਾਂ ਦਾ ਦੂਜਾ ਫਰਜ਼ ਉਧਰ ਵਿੱਚ ਸਮਾਂ ਬਣ ਜੇ ਕੀ ਕਰੇ ਉਹ ਵਾਈਬ੍ਰੇਸ਼ਨ ਪੈਂਦੀ ਹੈ ਸਾਇੰਸ ਦੇ ਤੱਤ ਸਾਰੇ ਤੁਸੀਂ ਸੁਣੇ ਹੈ
ਮਾਂ ਦਾ ਤੀਜਾ ਫਰਜ਼ ਜਨਮ ਹੋਣ ਤੋਂ ਬਾਅਦ ਕੀ ਕਰੇ? ਆਖੋ ਸਾਧਨ। ਹਾਂ, ਬੱਚੇ ਦਾ ਜਨਮ ਹੋ ਗਿਆ, ਇੱਥੋਂ ਤੱਕ ਪਿਛਲੀ ਵਾਰੀ ਸੁਣਿਆ ਤੁਸੀਂ, ਉਹ ਕਿੱਡੀ ਅਨੋਖੀ ਗੱਲ ਸੀ ਜਿਹੜੀ ਪਤਾ ਨਹੀਂ ਭੁੱਲਾਂਗਾ ਜਾਂ ਵੋ ਤੁਸੀਂ। ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਟਾਰੀ ਪਿੰਡ ਦਾ ਤਾਰਾ ਸਿੰਘ ਆਇਆ, ਸਰੀਰ ਫਿੱਟਿਆ ਪਿਆ, ਕਿਉਂ? ਮਾਸ ਸ਼ਰਾਬ ਖਾਧਾ ਸਾਰੀ ਜ਼ਿੰਦਗੀ, ਸਿਰਫ ਕਥਾ ਸੁਣੀ ਮਾਸ ਛੁੱਟ ਗਿਆ, ਕਥਾ ਸੁਣੀ ਸ਼ਰਾਬ ਛੁੱਟ ਗਈ। ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੀ ਜਦੋਂ ਫਿਰ ਆ ਗਿਆ, ਸਾਰੀ ਬੇਨਤੀ ਕੀਤੀ, ਇਹ ਤੁਸੀਂ ਪਿਛਲੀ ਵਾਰੀ ਸੁਣਿਆ, ਮਾਂ ਦਾ ਤੀਜਾ ਫਰਜ਼ ਬੱਚੇ ਜਨਮ ਤੋਂ ਬਾਅਦ। ਉਹ ਕਟਾਰੀ ਪਿੰਡ ਦਾ ਤਾਰਾ ਸਿੰਘ ਕਹਿੰਦਾ ਜੀ ਸਰੀਰ ਫਿੱਟਿਆ, ਮਾਸ ਛੁੱਟ ਗਿਆ, ਸ਼ਰਾਬ ਛੁੱਟ ਗਈ, ਤੇ ਮਹਾਂਪੁਰਸ਼ਾਂ ਨੇ ਜੁਗਤੀ ਨਾਲ 40 ਦਿਨ ਅਨੰਦਪੁਰ ਸਾਹਿਬ ਭੇਜਿਆ, ਇਤਰਾਂ ਨੇਮ ਕਰਨਾ ਅਨੰਦਪੁਰ ਸਾਹਿਬ ਜਾ ਕੇ 40 ਦਿਨ ਹਾਜ਼ਰੀ ਲਾਈ ਤੇ ਸਾਰਾ ਸਰੀਰ ਰਾਜੀ ਹੋ ਗਿਆ। ਹੁਣ ਅਨੰਦਪੁਰ ਸਾਹਿਬ ਤੋਂ ਆ ਗਏ ਨਾ, ਹਫ਼ਤੇ ਕੁ ਬਾਅਦ ਕਹਿੰਦੇ ਮਹਾਂਪੁਰਸ਼ੋ ਦੂਜਾ ਵਿਆਹ ਕਰਾ ਲਾ। ਉਹ ਕਹਿੰਦੇ ਉਹ ਕਿਉਂ? ਕਹਿੰਦਾ ਜੀ ਮੇਰੀ ਪਤਨੀ ਦੇ ਲੱਕ ਦਾ ਥਲਵਾਂ ਹਿੱਸਾ ਉਹ ਚੱਲਦਾ ਨਹੀਂ, ਬਹੁਤ ਵੀਕ ਹੈ, ਤੇ ਟੋਟਲ ਡਾਕਟਰ ਕਹਿੰਦੇ ਇਹ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਸਿਰਫ ਔਲਾਦ ਦੀ ਖਾਤਰ। ਤੇ ਅੱਗੋਂ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਹਿੰਦੇ ਓਏ ਭੋਲਿਆ, ਜਿਹੜਾ ਅਨੰਦਪੁਰ ਸਾਹਿਬ ਵਾਲਾ ਤੈਨੂੰ ਰਾਜੀ ਕਰ ਸਕਦਾ, ਤੇਰੀ ਪਤਨੀ ਨੂੰ ਵੀ ਰਾਜੀ ਕਰ ਸਕਦਾ। ਮੈਂ ਕੀ ਦੱਸਾਂ, ਇੱਕ ਇੱਕ ਕੇਂਦਰ ਦੇ ਲਈ ਸ਼ਰਧਾ ਰੱਖੋ। ਇਹ ਸਾਡੀਆਂ ਐਫਡੀਆਂ ਨੇ, ਐਫਡੀਆਂ, ਐਫਡੀ ਪਈ ਹੋਵੇ ਵਿਆਜ ਖਾਓ ਟੌਰ ਨਾ ਗੱਜ ਕੇ ਆਖੋ ਸਾਧਨ। ਇਹ ਹਜ਼ੂਰ ਸਾਹਿਬ ਸਾਡੇ ਪਿਤਾ ਜੀ ਦੀਆਂ ਐਫਡੀਆਂ, ਅੱਜ ਵੀ ਲੇਖ ਬਦਲਦੇ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਬਾਬਾ ਦੀਪ ਸਿੰਘ ਦਾ ਸਥਾਨ ਚਾਟੀ ਵਿੜ ਗਿਆ, ਬਾਬਾ ਦੀਪ ਸਿੰਘ ਸਥਾਨ ਟਾਲਾ ਸਾਹਿਬ, ਬਾਬਾ ਦੀਪ ਸਿੰਘ ਸਥਾਨ ਪਹੁਵਿੰਡ ਸਾਹਿਬ, ਹੋਰ ਪਿਤਾ ਪਿਤਾ ਦੇ ਪਿਆਰਿਆਂ ਦੇ ਅਸਥਾਨ। ਉਹ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਕਹਿੰਦੇ ਜਿਹੜਾ ਤੇਰਾ ਸਰੀਰ ਰਾਜੀ ਕਰ ਸਕਦਾ ਉਹ ਤੇਰੀ ਪਤਨੀ ਨੂੰ ਵੀ। ਮੈਨੂੰ ਇੰਜ ਲੱਗਦਾ ਅੱਜ ਚੌਥਾ ਫਰਜ਼ ਸ਼ੁਰੂ ਨਹੀਂ ਹੋ ਪਾਉਣਾ, ਸਿਰਫ ਇਸ਼ਾਰਾ ਦੇ ਕੇ ਲੰਘ ਪਾਂਗੇ, ਅਗਲੀ ਵਾਰੀ ਕਰ ਲਾਂਗੇ। ਸਿਰਫ ਦਾਸ ਦਾ ਦਿਲ ਕਰਦਾ ਜਰਾ 5 ਕੁ ਮਿੰਟ ਟਿਕਾਓ ਦੇ ਦੇਣਾ, ਕਿਉਂਕਿ ਇਹ ਪਿਛਲੀ ਵਾਰੀ ਇੱਥੇ ਆਪਾਂ ਸੰਪੂਰਨ ਕੀਤਾ ਸੀ, ਤੇ ਬੱਚਾ ਹੋਣ ਤੋਂ ਬਾਅਦ ਕੀ ਕਰਨਾ। ਉਹ ਫਿਰ ਇਹਦਾ ਹਿੰਟ ਬੜਾ ਤਗੜਾ ਸੀ, ਇਹਦੇ ਪੁਰਾਣੇ ਦੋਸਤ ਸੀ ਸ਼ਰਾਬ ਪੀਣ ਵਾਲੇ, ਮਾਸ ਖਾਣ ਵਾਲੇ, ਤੇ ਉਹ ਫਿਰ ਮਾੜਾ ਜਿਹਾ ਜ਼ਿਕਰ ਤੇ ਫਿਰ ਚੌਥੇ ਫਰਜ਼ ਦਾ ਹਿੰਟ ਹੀ ਦੇ ਕੇ ਸਮਾਪਤੀ ਵੱਲ ਆ ਜਾਵਾਂਗੇ। ਇੱਕ ਵਾਰੀ ਮੇਰਾ ਦਿਲ ਕਰਦਾ ਅੰਦਰੋਂ ਪੜਿਓ, ਕਿਸੇ ਦੇ ਰਸਨਾ ਤੋਂ ਆਵਾਜ਼ ਨਾ ਨਿਕਲੇ, ਹਿਰਦੇ ਚੋਂ ਨਿਕਲੇ, ਹਿਰਦੇ ਚੋਂ। ਅਨੰਦਪੁਰ ਵਾਲਾ ਜੀ ਦੁੱਖ ਕੱਟਦਾ ਦੁਨੀਆ ਦੇ, ਅਨੰਦਪੁਰ ਵਾਲਾ ਜੀ ਦੁੱਖ ਕੱਟਦਾ ਦੁਨੀਆ ਦੇ, ਅਨੰਦਪੁਰ ਸਾਰੇ ਭਾਈ ਬੋਲੋ, ਅਨੰਦਪੁਰ ਵਾਲਾ ਜੀ ਦੁੱਖ ਕੱਟਦਾ ਦੁਨੀਆ ਦੇ, ਅਨੰਦਪੁਰ ਵਾਲਾ ਜੀ ਦੁੱਖ ਕੱਟਦਾ ਦੁਨੀਆ ਦੇ। ਆਈਆਂ ਪੈਣਾ ਵਿਕ ਜਿਓ ਬਾਜਾਂ ਲੈ ਕੇ ਦਿਓਗੇ ਪ੍ਰਮਾਣ ਜੀ, ਗੁਰ ਕੇ ਚਰਨ। ਅੱਜ ਸਵੇਰੇ ਛੋਟੀ ਸ਼ਹੀਦਾਂ ਸ਼ਬਦ ਲੱਗਾ ਸੀ ਅੰਮ੍ਰਿਤ ਵੇਲੇ, ਅੱਜ ਗੁਰ ਕੇ ਚਰਨ
ਉੱਪਰ ਮੇਰੇ ਮਾਥੇ। ਮੈਨੂੰ ਨੀ ਪਤਾ ਤੁਹਾਡੀ ਅਵਸਥਾ ਬਣੀ ਕਿ ਨਹੀਂ। ਗੁਰੂ ਗੋਬਿੰਦ ਸਿੰਘ ਨਾਲ ਇੰਨਾ ਪਿਆਰ ਕਰੋ, 24 ਘੰਟੇ ਹੀ ਤੁਹਾਡਾ ਸਿਰ ਉਹਨਾਂ ਦੀ ਗੋਦੀ ਚ ਹੀ ਰਵੇ। ਕਿਹੜਾ ਪਿਆਰ ਹੈ। ਗੁਰ ਕੇ ਚਰਨ ਉੱਪਰ ਮੇਰੇ ਮੱਥੇ, ਤਾਂ ਤੇ ਦੁੱਖ ਮੇਰੇ ਸਜਲੇ ਲੱਤੇ। ਅਨੰਦਪੁਰ ਵਾਲਾ ਜੀ, ਦੁੱਖ ਕੱਟਦਾ ਦੁਨੀਆ ਨੇ। ਅਨੰਦਪੁਰ ਵਾਲਾ ਜੀ, ਦੁੱਖ ਕੱਟਦਾ ਦੁਨੀਆ ਨੇ। ਅਨੰਦਪੁਰ ਵਾਲਾ, ਦਿਓ ਪ੍ਰਮਾਣ ਜੀ। ਹੋਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਅਨੰਦਪੁਰ ਵਾਲਾ ਜੀ, ਦੁੱਖ ਕੱਟਦਾ ਦੁਨੀਆ ਦੇ। ਅਨੰਦਪੁਰ ਵਾਲਾ ਜੀ, ਦੁੱਖ ਕੱਟਦਾ ਦੁਨੀਆ ਦੇ। ਹਾਂਜੀ, ਸਰਬਜੀਤ ਸਿੰਘ ਜੀ, ਜਿਨ ਗੁਰ ਸੇਵਿਆ, ਪ੍ਰਮਾਣ ਲਾਓ ਜੀ। ਜਿਨ ਗੁਰ ਸੇਵਿਆ, ਵਾਹ ਵਾਹ। ਜਿਨ ਗੁਰ ਸੇਵਿਆ, ਇਸ ਦੁੱਖ ਨਾ ਵਿਆਪੇ। ਜਿਨ ਗੁਰ ਸੇਵਿਆ, ਤਿਸ ਭਉ ਨਾ ਵਿਆਪੇ। ਓ ਨਾ ਵਿਆਪੇ ਜਿਨ ਗੁਰ ਸੇਵਿਆ, ਤਿਸ ਦੁੱਖ ਦੁੱਖ ਨਾ ਸੰਤਾਪੇ। ਅਨੰਦਪੁਰ ਕੱਟਦਾ ਦੁਨੀਆ ਦੇ। ਅਨੰਦਪੁਰ ਵਾਲਾ ਜੀ, ਦੁੱਖ ਕੱਟਦਾ ਦੁਨੀਆ ਦੇ। ਭੈਣਾ ਇਹਦਾ ਸੱਚੀ ਕਹਾਂ, ਜਦੋਂ ਬਾਜਾਂ ਵਾਲੇ ਦੀ ਗੱਲ ਆਵੇ ਦਿਲ ਕਰਦਾ ਲੱਗੇ ਹੀ ਰਹੀ ਹੈ, ਉਦੋਂ ਸਬਜੈਕਟ ਭੁੱਲ ਜਾਂਦਾ। ਉਹ ਸਬਜੈਕਟ ਤੋਂ ਉੱਤੇ ਆ ਜਾਂਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਏ। ਉਦੋਂ ਸਿਫਤ ਸਲਾਹ ਕਰਨ ਤੇ ਦਿਲ ਕਰਦਾ, ਪਰ ਸਮਾਂ ਅੱਗੇ ਨਹੀਂ ਆਗਿਆ ਦਿੰਦਾ। ਨਹੀਂ ਤੇ ਦਿਲ ਕਰਦਾ ਸੀ ਵੀ ਗੁਰੂ ਕਿਵੇਂ ਕਿਵੇਂ ਦੁੱਖ ਕੱਟਦਾ ਪ੍ਰਮਾਣ। ਮੈਨੂੰ ਗੱਲ ਖੀਰਲੀ ਬੜੀ ਵਜਨ ਵਾਲੀ ਲੱਗੀ ਸੀ। ਇਹਦੀ ਪਤਨੀ 40 ਦਿਨ ਗਈ, ਵਿਧੀ ਨਾ ਭੇਜਿਆ, ਵਿਧੀ ਲੋੜ ਹੈ। ਆ ਬੀਬੀ ਉਹ ਜਰਾ ਜੀ ਵਿਧੀ ਨਾਲ ਚਾਹ ਨਾ ਬਣਾਓ, ਘਰ ਵਾਲਾ ਚਾਹ ਨਹੀਂ ਪੀਂਦਾ। ਜਰਾ ਜੀ ਵਿਧੀ ਨਾਲ ਦਾਲ ਨਾ ਬਣਾਓ, ਉਹ ਕਹਿੰਦੇ ਬੱਚੇ ਕਹਿੰਦੇ ਦਾਲ ਕੱਚੀ ਮੰਮੀ ਅੱਜ ਆਖੋ ਸਤਨਾ। ਵਿਧੀ ਲੋੜ ਹੈ, ਬਹੁਤ ਲੋੜ ਹੈ, ਬਹੁਤ ਲੋੜ ਹੈ। ਆ ਕਿਸੇ ਨੇ ਸ਼ਬਦ ਪੜਿਆ, ਜੇ ਰਾਜ ਦੇ ਤਾਂ ਕਮਨ ਵਡਾਈ, ਜੇ ਭੀਖ ਮੰਗਾਵੇ ਤੇ ਕਿਆ ਘਟ ਜਾਈ। ਤੇ ਜਿਹਨੇ ਸ਼ਬਦ ਪੜਿਆ, ਦੌੜੀ ਬੰਨੀ ਲੱਖਾਂ ਪਤੀ, ਸਰਵਾਜਾ ਹੀ ਸਿੱਖਿਆ। ਤੇ ਫਿਰ ਦਾਸ ਨੇ ਕਿਹਾ, ਮੈਂ ਕਿਹਾ ਭਾਈ ਸਾਹਿਬ ਸ਼ਬਦ ਮੁੱਕਣ ਤੋਂ ਬਾਅਦ ਮੈਂ ਕਿਹਾ ਕਿਸੇ ਕੋਲ ਵਿਧੀ ਲਈ ਹੈ ਬਾਣੀ ਹੈ, ਪਰ ਤੂੰ ਗੁਰੂ ਅੱਗੇ ਦਮ ਮਾਰਨ ਡਿਆ ਜੇ ਭੀਖ ਮੰਗਾਵੇ ਤੇ ਕਿਆ। ਤੇ ਮੈਂ ਕਿਹਾ ਜੇ ਕੱਲ ਹੀ ਗੁਰੂ ਭੀਖ ਮੰਗਾ ਦੇਵੇ, ਮੰਗ ਲਏਗਾ, ਛੱਡ ਦੇਗਾ ਕਾਰਾਂ, ਛੱਡ ਦੇਗਾ ਕੋਠੀਆਂ, ਭੀਖ ਮੰਗਣੀ ਸੌਖੀ।
ਬਾਬਾ ਨੰਦ ਸਿੰਘ ਕਹਿੰਦੇ ਸਨ ਜਿਹੜੀ ਅੰਦਰ ਦੀ ਅਵਸਥਾ ਹੋਵੇ ਉਹਦੇ ਮੁਤਾਬਕ ਹੀ ਗੁਰੂ ਅੱਗੇ ਬੇਨਤੀ ਆਖੋ ਸਾਧਨਾ। ਇਹ ਵਿਧੀਆਂ ਦਮ ਨਹੀਂ ਚੱਲਦਾ ਇੱਥੇ, ਇਹ ਪੜ੍ਹਾਈ ਹੈ। ਗੁਰੂ ਨਾਨਕ ਦੇ ਘਰ ਦੀ ਮੈਂ ਉਹ ਗੱਲ ਵਿਧੀ ਵੇਖੋ ਭੇਜਿਆ ਵਿਧੀ ਨਾਲ, ਐ ਸੰਪਟ ਲਾਣਾ ਐ ਜਪਣਾ। ਉਹ 40 ਦਿਨ ਉਹਦੀ ਪਤਨੀ ਨੇ ਲਾਇਆ ਤਾਰਾ ਸਿੰਘ ਦੀ, ਉਹ ਵੀ ਰਾਜੀ ਹੋ ਗਈ। ਤੇ ਮੈਂ ਗੱਲ ਛੋਟੀ ਕਰਾਂ, ਇਹਨਾਂ ਘਰ ਪੁੱਤਰ ਨੇ ਜਨਮ ਲਿਆ। ਅੱਗੋਂ ਤਾਰਾ ਸਿੰਘ ਸੰਤ ਅੱਤਰ ਸਿੰਘ ਰੇੜੂ ਸਾਹਿਬ ਵਾਲਿਆਂ ਨੂੰ ਕਹਿੰਦਾ, ਮਹਾਰਾਜ ਜਿੰਨੇ ਮਹੱਲੇ ਦੇ ਬੱਚੇ ਬੱਚੇ ਦੇ ਮੁੱਖ 'ਚ ਇੰਨੀ ਖੁਸ਼ੀਆਂ ਮਿਲੀਆਂ। ਉਦੋਂ ਫਿਰ ਰੇਰੂ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ, ਧਿਆਨ ਰੱਖੀ ਹੁਣ, ਤੂੰ ਪਹਿਲੇ ਸ਼ਰਾਬ ਵੀ ਪੀਣਾ ਹੈ, ਮਾਸ ਵੀ ਖਾਣਾ, ਹੁਣ ਉਹ ਸਾਰੇ ਦੋਸਤਾਂ ਨੇ ਆ ਜਾਣਾ ਤੇਰੇ ਘਰ ਪੁੱਤਰ ਹੋਇਆ ਪਾਲਟੀ ਦੇ, ਤੇ ਜੇ ਪਾਲਟੀ ਦਿੱਤੀ ਇਹ ਰੂਹ ਆਈ ਹੈ ਬਾਜਾਂ ਵਾਲੇ ਦੇ ਘਰੋਂ। ਫਿਰ ਰੂਹ ਨਾਰਾਜ਼ ਹੋ ਜਾਂਦੀ ਹੈ ਕਿ ਮਾਂ ਦਾ ਤੀਜਾ ਫਰਜ਼ ਬੱਚੇ ਦੇ ਜਨਮ ਤੋਂ ਬਾਅਦ ਕਰਨਾ ਕੀ ਹੈ। ਉਹ ਅੱਗੋਂ ਤਾਰਾ ਸਿੰਘ ਕਹਿੰਦਾ, ਜੀ ਕੋਈ ਇਹੋ ਜਿਹਾ ਰਾਹ ਨਹੀਂ, ਸਾਥੀ ਵੀ ਖੁਸ਼ ਰਹਿਣ ਤੇ ਰਵਾਂ ਵੀ ਮਰਿਆਦਾ ਚ। ਮੈਨੂੰ ਗੱਲ ਬੜੀ ਅਪੀਲ ਕੀਤੀ, ਤੁਹਾਨੂੰ ਚੰਗੀ ਲੱਗੇ ਵੇਖਿਓ, ਆਪਣੀਆਂ ਨੂੰਹਾਂ ਲਈ, ਧੀਆਂ ਲਈ, ਆਪਣੇ ਸਮੇਂ ਬਣਨ ਉਹਦੇ ਲਈ। ਸੰਤ ਅੱਤਰ ਸਿੰਘ ਕਹਿੰਦੇ, ਫਿਰ ਇੱਕ ਕੰਮ ਕਰ, ਜਾਂਦਿਆਂ ਹੀ ਖੰਡ ਪਾਠ ਸਾਹਿਬ ਰਖਾ ਦੇ, ਅਜੇ ਬੱਚਾ 1-2 ਦਿਨ ਦਾ, ਖੰਡ ਪਾਠ ਸਾਹਿਬ ਰਖਾ ਦੇ। ਜਿਹੜਾ ਸਾਥੀ ਜਿਹੜਾ ਰਿਸ਼ਤੇਦਾਰ ਆਉਂਦਾ ਨਾ ਜੀ, ਐ ਲੋ 500 ਸਗਨ, 200 ਸਗਨ, 100 ਸਗਨ, 1100 ਸਗਨ, ਕਹਿੰਦੇ ਸਗਨ ਨਹੀਂ ਲੈਣਾ। ਜਿਹੜਾ ਰਿਸ਼ਤੇਦਾਰ ਸਾਥੀ ਵਧਾਈ ਦੇਣ ਆਉਂਦਾ ਉਹਨੂੰ ਕਹਿਣਾ, ਇੱਕ ਘੰਟਾ ਖੰਡ ਪਾਠ ਬਹਿ ਕੇ ਸੁਣਨਾ ਤੇ ਇੱਕ ਘੰਟਾ ਵਾਹਿਗੁਰੂ ਜਪਦਿਆਂ ਚੌਰ ਸਾਹਿਬ ਦੀ ਹਾਜ਼ਰੀ ਲਾਉਣੀ। ਮੈਨੂੰ ਆਹ ਵਧਾਈ ਦੇ ਕੇ ਜਾਓ ਜੇ ਅੰਦਰੋਂ ਪਿਆਰ ਹੈ। ਮੈਂ ਕਹਿੰਦਾ ਰਿਸ਼ਤੇਦਾਰ ਵੀ ਭੱਜ ਜਾਣਗੇ, ਇਹ ਕਿਹੜੀ ਵਧਾਈ ਮੰਗਣ ਡਿਆ, ਬੜਾ ਔਖਾ ਕੰਮ ਇਹਦੇ, ਆਖੋ ਸਾਧਨਾ। ਮਹਾਂਪੁਰਸ਼ ਕਹਿੰਦੇ, ਜਿਹੜਾ ਕਹੇਗਾ ਨਾ ਟਾਈਮ ਨਹੀਂ ਹੈਗਾ, ਉਹਨੂੰ ਕਹੀਂ ਕੱਲ ਵਧਾਈ ਦੁਬਾਰਾ ਆ ਜੀ, ਦੇਣ ਪਰਸੋਂ ਆ ਜੀ, ਚੌਥ ਆ ਜੀ। ਤੇ ਕਹਿੰਦੇ ਇੱਕ ਖੰਡ ਪਾਠ ਦਾ ਭੋਗ ਪਵੇ, ਦੂਜਾ ਰਖਾ ਦੀ, ਦੂਜਾ ਪਵੇ, ਤੀਜਾ, 5। ਮਹਾਂਪੁਰਸ਼ ਕਹਿੰਦੇ ਇਹਦੇ ਨਾਲ ਸਾਥੀ ਵੀ ਨਹੀਂ ਰਾਜ ਹੋਣਗੇ, ਤੇ 5 ਖੰਡ ਪਾਠਾਂ ਦੌਰਾਨ ਕਈ ਪਾਠ ਸੁਣਨਗੇ, ਚੌਰ ਸਾਹਿਬ ਕਰਨਗੇ, ਤੇਰੇ ਸਾਥੀਆਂ ਦੇ ਵੀ ਹੋ ਸਕਦਾ ਪਾਠ ਸੁਣਦਿਆਂ ਇਹੋ ਜਿਹੇ ਲੇਖ ਬਣ ਜਾਣ ਕਿ ਆਨੰਦਪੁਰ ਸਾਹਿਬ ਵਾਲਾ ਉਹਨਾਂ ਦਾ ਵੀ ਮੀਟ ਸ਼ਰਾਬ ਛਡਾ ਦੇਵੇ। ਇਹ ਜਿੰਨੀ ਸੰਗਤ ਬੈਠੀ ਜੇ, ਬੱਚਾ ਹੋਣ ਤੋਂ ਬਾਅਦ ਕੀ ਕਰਨਾ, ਇਹ ਤੀਜਾ ਫਰਜ਼ ਪਿਛਲੀ ਵਾਰੀ ਦਾ। ਹੁਣ ਚੌਥਾ ਫਰਜ਼ ਜਿਹੜਾ, ਇਹਨੂੰ ਵੇਰਵੇ ਨਾਲ ਅਗਲੀ ਵਾਰੀ ਲੈ ਸਕਾਂਗੇ। ਮਾਂ ਦਾ ਚੌਥਾ ਫਰਜ਼, ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰਨਾ, ਹੁਣ ਵੇਰਵਾ ਅਗਲੀ ਵਾਰੀ ਲਾਂਗੇ। ਉਹ ਜਿਵੇਂ ਟੀਵੀ 'ਤੇ ਸੀਰੀਅਲ ਆਉਂਦੇ ਆ ਨਾ, ਮਾੜਾ ਜਿਹਾ ਹਿੰਟ ਦੇ ਦਿੰਦੇ ਆ ਵੀ ਕੱਲ੍ਹ ਲਾਣ ਜ਼ਰੂਰ, ਆਖੋ ਸਰ, ਥੋੜ੍ਹਾ ਜਿਹਾ ਨਾ ਲਿਖਿਆ ਦੇ ਦਿੰਦੇ ਆ, ਮਾੜਾ ਜਿਹਾ ਸੀਨ ਵੀ ਖਾਂਦੇ, ਅਤੇ ਕੱਲ੍ਹ ਇਸਕੇ ਸਾਥ ਕਿਆ ਹੋਏਗਾ। ਮੈਂ ਹਿੰਦੀ ਪੜ੍ਹੀ, ਤੁਸੀਂ ਨਾ ਬੋਲਿਓਗੇ, ਤਾਂ ਬਾਬੇ ਦੀ ਭਾਸ਼ਾ ਹੀ ਰੱਖਣੀ ਹੈ। ਉਹ ਹਿੰਦੀ 'ਚ ਹੁੰਦੇ ਨਾ ਬਹੁਤੇ ਸੀਰੀਅਲ, ਤਾਂ ਦਾ ਇਸ਼ਾਰਾ ਜਿਹਾ ਦੇ ਦਿੰਦਾ। ਚੌਥਾ ਫਰਜ਼ ਆਏਗਾ ਬੱਚੇ ਦਾ ਪਾਲਣ ਪੋਸ਼ਣ ਕਿਵੇਂ, ਬੱਚੇ ਨੂੰ ਗੋਦੀ 'ਚ ਮਾਂ ਨੇ ਕਿਵੇਂ ਰੱਖਣਾ, ਬੱਚੇ ਨੂੰ ਨਹਾਉਣਾ ਕਿਵੇਂ ਹੈ, ਔਰ ਜਿਹੜਾ ਬੱਚਾ ਉਹਦਾ ਟੋਟਲ ਪਾਲਣ ਪੋਸ਼ਣ ਨਹਾਉਣ ਦਾ ਆਪਣਾ 6 ਮਹੀਨੇ ਦਾ ਹੋ ਗਿਆ, ਸਾਲ ਦਾ ਹੋ ਗਿਆ, ਕਿਵੇਂ ਕਿਵੇਂ ਉਹਦੇ ਨਾਲ ਸਾਡੇ ਇਤਿਹਾਸਕ ਮਿਸਾਲਾਂ ਨਾਲ ਇਹ ਅਗਲੀ ਵਾਰੀ ਭਲਾਈ ਕੇਂਦਰ ਦੀਵਾਨ ਹੈ, ਤੁਹਾਨੂੰ ਭਾਈ ਜਸਵਿੰਦਰ ਸਿੰਘ ਜੀ ਨੇ ਦੱਸਿਆ ਭਲਾਈ ਕੇਂਦਰ ਅਗਲੇ ਵੀਰਵਾਰ ਦਾ, ਅਤੇ ਵੀਰ ਸ਼ੁੱਕਰ, ਹਾਂ ਬੁੱਧ ਵੀਰ ਸ਼ੁੱਕਰ ਲੜੀਆਂ, ਨਾਲ ਵੀਰਵਾਰ ਦਾ ਦੀਵਾਨ ਉੱਥੇ ਹੈ, ਅਤੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ, ਇੱਥੋਂ ਦੀ ਸਾਰੀ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਾਂਗੇ ਜਰਾ ਨੇੜੇ ਰਹਿਣ। ਇੱਕ ਜੋੜੀ ਆਈ ਹੈ ਜਲੰਧਰ ਦੇ ਪਰਿਵਾਰ ਨੇ, ਅਤੇ ਬੜੀ ਉਹਨਾਂ ਦੀ ਕੁਰਬਾਨੀ ਹੈ,
ਹਰ ਵੀਰਵਾਰ ਉੱਥੋਂ ਜਲੰਧਰੋਂ ਹਾਜ਼ਰੀ ਭਰਨ ਆਉਂਦੇ। ਇੱਕ ਪਰਿਵਾਰ ਪਤਾ ਨਹੀਂ ਜਲੰਧਰ ਦਾ, ਕਿੱਥੋਂ ਦਾ, ਹੈ ਦੋਵੇਂ ਜਲੰਧਰ ਦੇ। ਉਹ ਜੋੜੀ ਨੂੰ ਵੀ ਪਹਿਲੇ ਸਤਿਕਾਰ ਦੇ ਕੇ ਭੇਜਣਾ, ਉਹ ਵੀ ਨੇੜੇ ਰਹੇ। ਇੱਕ ਅੱਜ ਦੇ ਪ੍ਰੋਗਰਾਮ ਦੀ ਸੇਵਾ, ਨਰਿੰਦਰ ਸਿੰਘ ਨਾਂ ਜੀ, ਨਰਿੰਦਰ ਸਿੰਘ ਜੀ ਕੱਪੜੇ ਵਾਲੇ, ਇਹ ਅੱਜ ਦੇ ਪ੍ਰੋਗਰਾਮ ਦੀ ਜੋ ਵੀ ਸੇਵਾ ਹੈ, ਥੱਲੇ ਲੰਗਰ ਪਾਣੀ ਹੋਰ, ਸਾਰੀ ਅਸੀਸ ਕਮੇਟੀ ਦੀ ਹੈ ਅਤੇ ਲੰਗਰ ਪਾਣੀ ਦੀ ਸਾਰੀ ਸੇਵਾ ਨਰਿੰਦਰ ਸਿੰਘ ਕੱਪੜੇ ਵਾਲੇ, ਇਸੇ ਚੌਂਕ ਜੈ ਸਿੰਘ ਵਿੱਚ, ਇਹਨਾਂ ਦੇ ਚਾਚਾ ਜੀ ਲੱਗਦੇ, ਭੈਣ ਜੀ ਪਰਮਜੀਤ ਕੌਰ ਦੇ, ਉਹਨਾਂ ਨੇ ਝੋਲੀ 'ਚ ਪਵਾਈ ਹੈ। ਉਹਨਾਂ ਦਾ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਸੇਵਾ ਪ੍ਰਵਾਨ ਕਰਨ। ਅਤੇ ਇੱਕ ਲੌਂਗ ਭਾਜੀ ਦੀ ਬੇਟੀ, ਉਹਨਾਂ ਦੇ ਵਿਆਹ ਦੀ ਐਨਵਰਸਰੀ, ਉਹ ਵੀ ਨੇੜੇ ਆ ਜਾਣ, ਸਤਿਕਾਰ ਲੈ ਲੈਣ। ਅਤੇ ਇਸੇ ਤਰ੍ਹਾਂ ਬੁੱਧ ਵੀਰ ਸ਼ੁੱਕਰ, ਤਿੰਨ ਦਿਨ ਲੜੀਆਂ ਚੱਲਣੀਆਂ ਭਲਾਈ ਕੇਂਦਰ, ਸਾਰਿਆਂ ਨੇ ਗੱਜ ਵੱਜ ਕੇ ਹਾਜ਼ਰੀਆਂ ਭਰਨੀਆਂ ਨੇ, ਕਿਰਪਾ ਕਰਨੀ ਹੈ। ਔਰ ਕਹਿਣਾ ਨਹੀਂ ਚਾਹੀਦਾ, ਚਲੋ ਆਪਣੀ ਬੱਚੀ ਪਰਮਜੀਤ ਕੌਰ ਜੀ ਨੇ ਚਾਰ ਦਿਨ ਇੱਥੇ ਸੇਵਾ, ਸੇਵਾ ਸਾਰਿਆਂ ਦੀ ਹੈ। ਪਰ ਇੱਕ ਡਿਊਟੀ ਲਾ ਦੀ ਦੀ ਆ ਵੀ ਆਹ ਕੰਮ ਥੋੜ੍ਹਾ ਆਪ ਜੀ ਦੇ ਜਿੰਮੇ, ਕਿਰਪਾ ਉਹਦੀ ਜਿੰਮਾ ਉਹਦਾ। ਅਤੇ ਉਹ ਸਾਰੇ ਬੱਚੀ ਨੇ, ਭੈਣ ਜੀ ਅਮਰਜੀਤ ਕੌਰ ਦਾ, ਹੋਰ ਸਾਰੀਆਂ ਭੈਣਾਂ ਦਾ ਸਹਿਯੋਗ ਲੈ ਕੇ ਸਾਰੀ ਸੇਵਾ ਬਾਬਾ ਜੀ ਮਿਹਰ ਕਰਨ, ਵਾਰਡ ਲਾਈ ਰੱਖਣ। ਸਾਡੇ ਪ੍ਰਿੰਸੀਪਲ ਜਸਲੀਨ ਕੌਰ ਜੀ ਵੀ ਅੱਜ ਸਾਹਮਣੇ ਬਹਿ ਕੇ ਸਾਰਾ ਕੀਰਤਨ, ਅਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਹੋਰ ਸਾਰੇ ਸੰਗਤਾਂ ਨੂੰ, ਦੂਰੋਂ ਨੇੜਿਓਂ ਆਈਆਂ ਨੂੰ ਜੀ ਆਇਆਂ ਨੂੰ। ਮੈਂ ਫਿਰ ਬੇਨਤੀ ਕਰਾਂ, ਬਾਜ਼ਾਰ ਭੀੜ ਹੈ, ਬਾਜ਼ਾਰ ਭੀੜ ਹੈ, ਗੁਰਦੁਆਰੇ ਦੀ ਵੀ ਜਗ੍ਹਾ, ਜਿੰਨੀ ਵੀ ਚਲੋ ਮਕਾਨ ਮਕੂਨ ਖਰੀਦੇ ਗਏ ਜਦੋਂ ਸੇਵਾ ਮਿਲੀ, ਪਰ ਫਿਰ ਵੀ ਸੀਮਤ ਜਗ੍ਹਾ। ਇਹਨੂੰ ਆਪਣਾ ਘਰ ਸਮਝਣਾ, ਕੋਈ ਧੱਕਾ ਨਾ ਪਵੇ, ਆਰਾਮ ਨਾਲ ਪ੍ਰਸ਼ਾਦ ਲੈਣਾ, ਆਰਾਮ ਨਾਲ ਛਬੀਲ ਛਕਣੀ, ਆਰਾਮ ਨਾਲ ਜੋੜੇ ਲੈਣੇ, ਦੋ ਮਿੰਟ ਲੱਗ ਜਾਣ ਕੋਈ ਗੱਲ ਨਹੀਂ, ਸਿਮਰਨ 'ਚ ਰਹੋ, ਤੁਹਾਨੂੰ ਅੱਖਾਂ ਨਾਲ ਸੰਗਤ ਦੇ ਦਰਸ਼ਨ ਹੋ ਰਹੇ ਨੇ। ਅਤੇ ਸਾਰਿਆਂ ਨੇ ਮਰਿਆਦਾ 'ਚ ਰਹਿਣਾ, ਆਪਣਾ ਘਰ ਸਮਝ ਕੇ ਇਹ ਸਮਝਣਾ ਵੀ ਮੈਂ ਆਹ ਮੈਂਬਰ ਹਾਂ, ਮੇਰਾ ਆਪਣਾ ਦੀਵਾਨ ਹੈ, ਮੇਰਾ ਆਪਣਾ ਘਰ ਹੈ। ਸਾਰੀ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ ਆਪ ਜੀ ਨੂੰ ਜੀ ਆਇਆਂ ਨੂੰ, ਭਾਈ ਜਸਵਿੰਦਰ ਸਿੰਘ ਨੇੜੇ ਆ ਜਾਣ, ਆਓ ਅੱਜ 11ਵਾਂ ਭਾਗ ਅਤੇ ਮਾਂ ਦਾ ਤੀਜਾ ਫਰਜ਼ ਇੱਕ ਵਾਰੀ ਰਿਪੀਟ, ਨਾਲ ਚੌਥੇ ਫਰਜ਼ ਦੀਆਂ ਨਿਸ਼ਾਨੀਆਂ ਮਹਾਰਾਜ ਨੇ ਸਾਂਝੀਆਂ ਕਰਾਈਆਂ, ਪੂਰਾ ਵੇਰਵਾ ਚੌਥੇ ਫਰਜ਼ ਦਾ ਅਗਲੀ ਵਾਰੀ। ਕਿ ਜਿਹੜੀ ਮਾਂ ਹੈ ਉਹਨੇ ਬੱਚੇ ਨੂੰ ਦੁੱਧ ਕਿਵੇਂ ਦੇਣਾ, ਮਾਂ ਨੇ ਆ ਟੱਪ ਹੁੰਦਾ ਨਾ ਟੱਪ, ਜਸਲੀਨ ਕੌਰ ਤੂੰ ਵੀ ਬੱਚੇ ਨੂੰ ਨਵਾਉਂਦੀ ਰਹੀ ਨਾ ਟੱਪ, ਉਹ ਟੱਪ 'ਚ ਨਵਾਉਣਾ ਕਿਵੇਂ ਹੈ ਇਹ ਅਗਲੀ ਵਾਰੀ ਸਾਂਝਾ ਕਰਾਂਗੇ। ਨਵਾਉਣ ਵਾਲੇ ਸ਼ਬਦ ਕਿਹੜਾ ਬੋਲਣਾ ਮਾਂ ਨੇ, ਸੁਰਤੀ ਕਿੱਥੇ ਰੱਖਣੀ ਹੈ, ਕਿਹੜੇ ਸਰੋਵਰ ਦੀ ਸੁਰਤੀ, ਉਹ ਬੱਚੇ ਦੇ ਕਰਮ ਪੈਣਗੇ, ਬੱਚੇ ਦੇ ਕਰਮ ਚੇਂਜ ਹੋਣਗੇ। ਮਾਂ ਉਹ ਸੁਰਤੀ ਰੱਖੇਗੀ ਉਹਨੂੰ ਟੱਪ 'ਚ ਨਵਾਉਣ ਵਾਲੇ ਨਾ, ਜਪਾਉਣਾ ਕੀ ਹੈ, ਬੋਲਣਾ ਕੀ ਹੈ, ਕਿਹੜੇ ਸਰੋਵਰ ਦੀ ਬਿਰਤੀ ਰੱਖਣੀ, ਮਾਂ ਨੇ ਲੋਰੀ ਕੀ ਦੇਣੀ ਹੈ, ਇਹ ਸਾਰਾ ਅਗਲੀ ਵਾਰੀ। ਜਿਵੇਂ ਟੀਵੀ 'ਚ ਹਿੰਟ ਦੇ ਦਿੰਦੇ, ਮੈਂ ਮਾੜਾ ਜਿਹਾ ਹਿੰਟ ਆਪ ਜੀ ਦੇ ਚਰਨਾਂ 'ਚ, ਵੇਰਵਾ ਮਹਾਰਾਜ ਅਗਲੀ ਵਾਰੀ ਸੇਵਾ ਲੈਣ। ਆਓ ਸਾਰੇ ਕਿਰਪਾ ਕਰਿਓ ਜੀ। ਤਿੰਨ ਧੰਨ ਜਣੇ ਧਨ ਜਣੇ ਆਏ ਸਫਲ ਸੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਆਪ ਲੀਏ ਲੜ ਲਾਏ ਲੜ ਲਾਏ, ਬਾਜਾ ਲਿਆ ਲੜ ਲਾਏ, ਸਾਡੇ ਤੇ ਵੀ ਨਜ਼ਰ ਰੱਖੀ, ਆਪ ਲੀਏ ਲੜ ਲਾਏ। ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਆਏ ਸਫਲ ਸੇ, ਆਏ
ਆਏ ਸਫਲ ਸੇ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਤੇ ਜੋੜੀ ਨੂੰ ਨਰਿੰਦਰ ਸਿੰਘ ਨੂੰ ਜਿਨ੍ਹਾਂ ਵੱਲੋਂ ਸਾਰੇ ਅੱਜ ਦੇ ਲੰਗਰ ਦੇ ਲੌਂਗ ਭਾਜੀ ਦੇ ਬੇਟੀ ਜਵਾਈ ਬੇਟਾ ਕਮੇਟੀ ਮੈਂਬਰ ਇਹਨਾਂ ਨੂੰ ਸਾਰਿਆਂ ਨੂੰ ਸਤਿਕਾਰ ਆਨੰਦ ਸਾਹਿਬ ਤੋਂ ਪਹਿਲਾਂ ਦਿੱਤਾ ਜਾਏਗਾ ਅਸੀਸ ਦੇਣਾ ਜੀ ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਆਓ ਸਾਰੀ ਸੰਗਤ